दोस्तों, साड़ी ये फिल्म समर्पित है साड़े तो विछड़ गईयां दो रूहां। गायक ते फिल्म अदाकार उस्ताद मदन लाल राही जी अते उन्हां दे लाडले शगिर्द गायक ते गीतकार अमर मस्ताना जी नू। उस्ताद मदन लाल राही जी नू पंजाबी अते हिंदी फिल्मां विच बतौर गायकी ते अदाकारी लई रहिंदी दुनिया तक याद रख्या जावेगा। कदे कदे खेड लिया करी मेरे दिल दा खेडाउना नाल लै जा, ऐसे सुचजे गीतां दा रचनहारा गायक ते गीतकार अमर मस्ताना कला जगत विच हमेशा अमर रहेगा, अमर रहेगा, अमर रहेगा। सुनो यारो मैं सच सुनावा, इको वाह है जिधर जावा। ओ सुनो यारो मैं सच सुनावा, इको वाह है जिधर जावा। सब बैठे ने मौका ताड़ी, सब बैठे ने मौका ताड़ी, कोई नहीं करदा टाला। बई हुण चलद काला, चलद काला माला। बई हुण चलद काला माला, ये है काला माला मित्रो वेखो काला। असली डिग्री बई पैसे थली, पैसा खेडे खेडे अवली, असली डिग्री बई पैसे थली। नकली डॉक्टर नकली अफसर, नकली डॉक्टर नकली अफसर, लीडर करन घोटाला। बई हुण चलद काला, चलद काला माला। बई हुण चलद काला माला, ये है काला माला मित्रो चलद काला माला। काला माला थ्री जीने नशा ना किया, उत्ते जाके नी मिलनी कोई। ले ओ तुरी आउंदी सच दी रौनक। ओ करमीतिया रूड़ी ते टेढ़ा होया पिया सी। मैं इनू कहा भी चल चलिए उठ। ये पता की कहिंदा, कहिंदा भाई यार ता बड़ी पोली थां ते पए है। आंदा जे तैनू लोड़ा ता लै चल। तुहानू पता है भी एदे बिना मेरा नहीं सरदा। एदा मैनू इन्ना आसरा है जिन्ना जट नू आड़तीए दा ते व्यंजण नू सरवाले दा। ओ पतंदरो, तुहानू अज तक कदे सौफी नहीं देखिया, ओ दिन रात टल्ली रहिंदे हो। एदी तां बाई इक वारी पीती लै गई सी। अबे ओ किवें दस्सी खा रिठिया ਗੁਰਮੀਤੇ ਸ਼ਰਾਬੀ ਦੀ ਦਾਰੂ ਐ ਕਿੰਜ ਲੱਥੀ ਬਈ। ਬੇਬੇ ਆ ਜਾ, ਤੈਨੂੰ ਉਡੀਕੀ ਜਾਂਦੀ ਸਾਂ। ਆਪਣਾ ਨਾ ਉਹ ਪੰਜ ਕਲਿਆਣਾ ਕੱਟਾ ਮਰ ਗਿਆ, ਤੂੰ ਇਹਨੂੰ ਸਾਈਕਲ ਤੇ ਲੱਦ ਤੇ ਹੱਡਾ ਰੋੜੀ ਚ ਸੁੱਟਿਆ, ਤੇ ਕਿਤੇ ਆ ਨਾ ਹੋਇਆ ਪਿਛਲੀ ਵਾਰ ਵਾਂਗੂ ਉਹਦਾ ਮੀਟ ਬਣਾ ਕੇ ਤੇ ਪਿੰਡਾਂ ਚ ਵੇਚਦਾ ਫੜੇ। ਦਾਰੂ ਪੀਤੀ
ਤੇਰੇ ਨਾਲ ਹੀ ਖੁਰਨੀ ਚ ਸੌ ਜਾਂਦਾ ਸੀ। ਉਹ ਕੰਜਰਾ ਕੋਈ ਮੂੰਹ ਤਾਂ ਫੁੱਟ। ਉਹ ਮੇਰੇ ਸਾਹ ਮੇਰਾ ਹੱਥ ਤੱਕ ਤੇ ਜਾਇਆ ਪਿਆ ਕੱਟੋ। ਸਾਰੀ ਪੀਤੀ ਲੈ ਗਈ ਓਏ। ਐ ਲੱਥੀ ਸੀ ਇਹਦੀ ਦਾਰੂ ਬਾਈ। ਐ ਲੱਥੀ ਸੀ ਬਾਈ ਇਹਦੀ ਦਾਰੂ। ਇਹਦੀ ਵੀ ਇੱਕ ਵਾਰ ਲੱਥੀ ਸੀਗੀ। ਹੈ ਇਹ ਰੀਠਾ ਅਮਲੀ ਗਿਆ ਆਪਦੇ ਸਹੁਰੀ। ਹੈ ਜੀ ਖਾਧੀ ਪੀਤੀ ਤੇ ਉਹਨਾਂ ਨੇ ਰੱਖੀ ਜੀ ਇਹਦੇ ਮੂਹਰੇ ਰੋਟੀ। ਇਹ ਰੋਟੀ ਖਾਵੇ ਨਾ। ਉਹ ਕਹਿੰਦੇ ਕੀ ਗੱਲ ਪਰਾਉਣਿਆ ਰੋਟੀ ਨਹੀਂ ਖਾਂਦਾ। ਇਹ ਪਤਾ ਕੀ ਕਹਿੰਦਾ? ਕਹਿੰਦਾ ਹਮ ਨਾਰਾਜ਼ ਹੈ। ਉਹ ਕਹਿੰਦੇ ਕਿਹੜੀ ਗੱਲੋਂ ਨਾਰਾਜ਼ ਹੈ? ਇਹਨੂੰ ਸਾਲੇ ਨੂੰ ਨਸ਼ੇ 'ਚ ਹੋਰ ਤਾਂ ਕੋਈ ਗੱਲ ਸੋਚੀ ਨਾ। ਹੈ ਇਹ ਪਤਾ ਕੀ ਕਹਿੰਦਾ? ਕਹਿੰਦਾ ਹਾ ਜਿਹੜਾ ਸਲਾਦ ਦੇ ਵਿੱਚ ਟਮਾਟਰ ਕੱਟ ਕੇ ਰੱਖਿਆ ਇਹਦਾ ਛਿਲਕਾ ਕਿਉਂ ਨਹੀਂ ਲਾਇਆ? ਤੁਹਾਨੂੰ ਪਤਾ ਵੀ ਟਮਾਟਰ ਦਾ ਬਾਈ ਛਿਲਕਾ ਤਾਂ ਲੈਂਦਾ ਨੀ, ਛਿਲਿਆ ਨੀ ਜਾਂਦਾ। ਉਹਨਾਂ ਨੇ ਫਿਰ ਇਹਨੂੰ ਹੀ ਛਿਲਤਾ। ਇਹੋ ਜਿਹੀਆਂ ਕੁੱਤੇ ਖਾਣੀਆਂ ਤੁਹਾਡੇ ਨਾਲ ਤਾਂ ਹੀ ਹੁੰਦੀਆਂ ਬਾਈ। ਤੁਸੀਂ ਨਸ਼ੇ ਨੀ ਛੱਡਦੇ। ਉਹ ਅੱਜ ਕੱਲ ਗੌਰਮੈਂਟ ਨੇ ਹਰ ਥਾਂ ਨਸ਼ਾ ਛਡਾਊ ਕੇਂਦਰ ਖੋਲਿਆ, ਉੱਥੇ ਜਾ ਕੇ ਨਸ਼ੇ ਛੱਡੋ ਤੇ ਘੋੜ ਵੱਢੋ। ਉਹ ਬਾਈ ਜੀ ਗਏ ਸੀ ਅਸੀਂ ਨਸ਼ਾ ਛਡਾਊ ਕੇਂਦਰ ਵੀ। ਉਹ ਵਾਹ, ਸਾਡੀ ਗੱਲ ਉਹਨਾਂ ਨੂੰ ਸਮਝ ਨਹੀਂ ਆਈ ਤੇ ਸਾਨੂੰ ਉਹਨਾਂ ਦੀ ਗੱਲ ਸਮਝ ਨਹੀਂ ਆਈ। ਸਮਝ ਨਹੀਂ ਆਈ? ਹਾਂ ਉਹ ਕਿਵੇਂ ਬਈ? ਜਰਾ ਸੁਣ ਕੇ ਪੰਚਾਇਤੇ ਇੰਜ ਹੋਈ ਬਈ। ਹਾਂਜੀ ਹਾਂਜੀ ਦੱਸੋ ਤੁਹਾਡਾ ਕੀ ਨਾਂ ਹੈ, ਕਿਹੜੇ ਪਿੰਡੋਂ ਆਏ ਹੋ, ਕਿਵੇਂ ਆਏ ਹੋ? ਅਸੀਂ ਆਏ ਹਾਂ ਡਾਕਟਰ ਸਾਹਿਬ, ਦਰਸਲ ਵੀ ਜਿਹੜਾ ਤੁਹਾਡੇ ਕੋਲੇ ਨਸ਼ਾ ਜਿਹੜਾ। ਸਮਝ ਗਏ ਜੀ ਸਮਝ ਗਏ, ਤੁਸੀਂ ਨਸ਼ਾ ਛੱਡਣਾ ਚਾਹੁੰਦੇ ਹੋ, ਬਹੁਤ ਚੰਗੀ ਗੱਲ ਹੈ, ਦੈਟਸ ਵੈਰੀ ਨਾਈਸ। ਤੁਹਾਡੇ ਵਰਗੇ ਬੜੇ ਸੱਜਣ ਆਉਂਦੇ ਸਾਡੇ ਕੋਲ ਜਿਹੜੇ ਇੱਥੇ ਨਸ਼ਾ ਛੱਡ ਕੇ ਜਾਂਦੇ ਆ ਤੇ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਬੜੇ ਵਧੀਆ ਤਰੀਕੇ ਨਾਲ ਬਸਰ ਕਰਦੇ ਆ ਜੀ। ਤੇ ਤੁਸੀਂ ਵੀ ਇੱਥੋਂ ਇਲਾਜ ਕਰਾ ਕੇ ਸੋਨਾ ਚਾਂਦੀ ਬਣ ਕੇ ਨਿਕਲੋਗੇ, ਇਸ ਗੱਲ ਦਾ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆ। ਡਾਕਟਰ ਸਾਹਿਬ ਤੁਸੀਂ ਤਾਂ ਆਪਣੇ ਜੁਰਮੇ ਦਾ ਲਾਪੀ ਜਾਂਦੇ ਹੋ, ਸਾਡੀ ਵੀ ਸੁਣ ਲਓ ਚੀਕ ਰਾਗਣੀ। ਚੀਕ ਰਾਗਣੀ? ਦੱਸੋ ਉਹ ਦੱਸੀਏ ਕੀ ਡਾਕਟਰ ਸਾਹਿਬ, ਤੁਸੀਂ ਤਾਂ ਆਪਦਾ ਹੀ ਘੋੜਾ ਭਜਾਈ ਜਾਂਦੇ ਹੋ, ਸਾਡੀ ਗੱਲ ਸੁਣਦੇ ਹੀ ਨਹੀਂ ਤੁਸੀਂ। ਉਹ ਅਸੀਂ ਤੁਹਾਡੇ ਕੋਲ ਨਾ ਜੀ ਨਸ਼ਾ ਛੱਡਣ ਨਹੀਂ ਜੀ ਆਏ। ਤੇ ਫਿਰ ਹੋਰ ਕੀ ਕਰਨ ਆਏ ਹੋ? ਵੇ ਜਿਹੜੇ ਲੋਕ ਤੁਹਾਡੇ ਕੋਲੇ ਨਸ਼ਾ ਛੱਡ ਕੇ ਜਾਂਦੇ ਆ ਨਾ ਜੀ, ਅਸੀਂ ਤਾਂ ਉਹ ਨਸ਼ਾ ਤੁਹਾਡੇ ਕੋਲੋਂ ਲੈ ਆਏ ਆ। ਜਿਹੜੇ ਰੰਗ ਭਾਗ ਤੁਸੀਂ ਨਸ਼ਾ ਛਡਾਊ ਕੇਂਦਰ ਚਲਾਉਂਦੇ ਆ ਨਾ, ਉਹ ਹਰ ਬੰਦੇ ਦਾ ਵੱਸ ਦਾ ਰੋਗ ਨਹੀਂ। ਉਹ ਬਾਈ ਸਦਕੇ ਜਾਈਏ ਤੁਹਾਡੀ ਜੰਮਣ ਵਾਲੀ ਦੇ। ਉਹ ਗੁਰਮੀਤਿਆ ਆ ਜੰਮਣ ਦੀ ਗੱਲ ਤੋਂ ਯਾਦ ਆਇਆ, ਤੇਰੀ ਬੇਬੇ ਵਾਹਵਾ ਢਿੱਲੀ ਸੀ, ਉਹ ਹੁਣ ਕਿਵੇਂ ਆ? ਨੰਬਰਦਾਰਾ ਬਹੁਤ ਦਵਾਈਆਂ ਦਵਾਈਆਂ, ਬੇਬੇ ਨੂੰ ਕਿਤੋਂ ਆਰਾਮ ਨਹੀਂ ਆਇਆ, ਫਿਰ ਮੈਂ ਆਪ ਸਿਵਲ ਸਰਜਨ ਬਣ ਕੇ ਆਪਦਾ ਫਾਰਮੂਲਾ ਵਰਤਿਆ। ਫਾਰਮੂਲਾ? ਉਹ ਵੈਦ ਸਾਹਿਬ ਕਿਹੜਾ ਫਾਰਮੂਲਾ? ਆਹੀ ਭੁੱਕੀ ਮਾਰਕਾ ਚੂਰਨ, ਦੋ ਚਮਚੇ ਉਬਾਲ ਕੇ ਚਾਹ ਚ ਧਰਮ ਨਾਲ ਬੇਬੇ ਨੂੰ ਪਿਆਤੇ, ਤੇ ਜਿਹੜੀ ਮੰਜੇ ਤੇ ਬੈਠੀ ਬੂਹ ਧੁਆਈ ਕਰੀ ਜਾਂਦੀ ਸੀ ਨਾ, ਅੱਧੇ ਘੰਟੇ ਚ ਉੱਠ ਕੇ ਧਰਮ ਨਾਲ ਬਨੇਰੇ ਲਿਪਣ ਲੱਗ ਪਈ। ਵੇਖਾ ਬਨੇਰੇ ਲਿਪਣ ਲੱਗ ਗਈ। ਉਹ ਪਿਛਲੀ ਗੱਲ ਵੀ ਦੱਸ, ਉਦਣ ਬੇਬੇ ਨੇ ਜਿਹੜੇ ਤੇਰੇ ਲਿਆਉਣ ਲਾਏ। ਅਮਲੀਆ ਓਏ ਸਾਲਿਆ ਕਿਉਂ ਮੇਰੇ ਖੂੰਜੇ ਫਰੋਲਦਾ? ਓਏ ਰਿਠਿਆ ਤੂੰ ਦੱਸ ਹੀ ਦੇ ਹੁਣ। ਦੱਸੀ ਖਾਂ ਰਿਠਿਆ, ਉਦਣ ਗੁਰਮੀਤੇ ਨਾਲ ਇਹ ਕੀ ਭਾਣਾ ਵਰਤਿਆ ਵੀ? ਹੈ ਮਰਗੀ, ਹੈ ਜਾਣ ਗਈ ਵੇ, ਚੱਕ ਲੈ ਰੱਬਾ ਵੇ, ਮੈਂ ਮਰਗੀ ਵੇ ਵੇ। ਕੋਈ ਦਵਾਈ ਬੂਟੀ ਲਿਆ ਦਿਓ ਵੇ ਗੁਰਮੀਤਿਆ, ਮੈਨੂੰ ਚੱਕਵੀਂ ਜੀ ਚਾਹ ਕਰਕੇ ਲਿਆ ਦੇ ਵੇ। ਹੈ ਵੇ ਤੂੰ ਰੋਟੀ ਪਕਾਉਣਾ ਕਿ ਨਹੀਂ ਵੇ? ਨਾ ਹੋਰ ਮੈਂ
ਪੈਗ ਤਾਂ ਨਹੀਂ ਲਾਈ ਜਾਂਦਾ ਬੇ? ਮੈਨੂੰ ਲੱਗਦਾ ਤੇਰੀ ਰੋਟੀ ਸੜੀ ਜਾਂਦੀ ਹੈ। ਰੋਟੀ ਕਾਹਨੂੰ ਸੜੀ ਜਾਂਦੀ ਹੈ ਬੇਬੇ, ਮੈਂ ਸੜੀ ਜਾਂਦਾ ਅੰਦਰੋਂ ਵੀ ਤੇ ਬਾਹਰੋਂ ਵੀ। ਇਦੂ ਸਾਰਾ ਹੋਰ ਕੀ ਸੜ ਜਾਏਗਾ, ਭੁੱਜਿਆ ਤਾਂ ਪਿਆ। ਜਦੋਂ ਆਊਗੀ ਤਾਂ ਹਾਰ ਲੱਥੂਗਾ ਤੇ ਨਹੀਂ ਤਾਂ ਇੱਥੇ ਹੀ ਲਮਕਦਾ ਧੂੜਾ ਫੱਕੂਗਾ। ਬੇ ਪੁੱਤ ਵੇ, ਜੇ ਤੇਰੇ ਚ ਕੁਛ ਕੱਢਣ ਪਾਉਣ ਨੂੰ ਹੁੰਦਾ ਤੇਰੀ ਬਹੂ ਰੁੱਸ ਕੇ ਪੇਕ ਕੇ ਕਿਉਂ ਜਾਂਦੀ? ਨਾਲੇ ਤਾਂ ਮੇਰੀ ਸੇਵਾ ਕਰਦੀ, ਨਾਲੇ ਤੈਨੂੰ ਇੱਥੇ ਚੁੱਲ੍ਹੇ ਤੇ ਤਾਂ ਨਾ ਹੱਥ ਮਚਾਉਣੇ ਪੈਂਦੇ, ਆਪੇ ਪਕਾਉਂਦੀ ਦਾਲ ਰੋਟੀ ਸਾਰਾ ਆਪ ਹੀ ਕਰਦੀ। ਉਹ ਦੱਸ ਕੀ ਕਰਾਂ, ਹਾਏ ਮਰਗੀ, ਹਾਏ ਹਾਏ ਵੇ, ਮੇਰਾ ਸਾਰਾ ਸਰੀਰ ਟੁੱਟੀ ਜਾਂਦਾ ਵੇ, ਤੂੰ ਤਾਂ ਚੱਕ ਲੈ ਵੇ ਰੱਬਾ, ਮੈਂ ਮਰ ਗਈ ਵੇ, ਕੀ ਕਰਾਂ ਵੇ, ਕਿੱਥੇ ਭੱਗ ਗਿਆ ਵੇ, ਕੋਈ ਦਵਾਈ ਬੂਟੀ ਲਿਆ ਦਿਓ, ਨਹੀਂ ਤਾਂ ਕੋਈ ਹਾਏ ਕੋਈ ਚੱਕਵਾਂ ਜਾਂ ਗੀਤ ਹੀ ਲਾ ਦਿਓ, ਮਾੜਾ ਜਿਹਾ ਟਕਾ ਹੋ ਜੇ। ਹੈ ਬੇਬੇ, ਮੈਂ ਕਹਿੰਦਾ ਸੀ ਵੀ ਮੈਂ ਇੱਕ ਵਿਆਹ ਹੋਰ ਨਾ ਕਰਾ ਲਾਂ, ਵੀ ਜੇ ਇੱਕ ਰੁੱਸ ਕੇ ਜਾਇਆ ਕਰੂ ਤਾਂ ਸਾਲੀ ਦੂਜੀ ਤਾਂ ਰਿਹਾ ਹੀ ਕਰੂ। ਅੱਜ ਠੇਠਰਾ ਦੂਜੀ ਵੀ ਚਲੀ ਗਈ ਤਾਂ ਫੇਰ ਤੀਜਾ ਵਿਆਹ ਕਰਾ ਲਾਂਗੇ। ਮੈਂ ਮਰ ਗਈ ਵੇ ਪਟਿਆਲੇ ਵਾਲਿਆ, ਕੋਈ ਮੇਰੀ ਵੀ ਸੁਣ ਲਓ ਵੇ, ਮੈਂ ਕੂੰਜ ਕੂੰ ਕਰਲਾਈ ਜਾਂਦੀ ਹਾਂ ਜਾਏ ਖਾਣੇ ਦਿਓ। ਵੇ ਮੈਨੂੰ ਤਾਂ ਇਹ ਲੱਗਦਾ ਹੈ ਵੀ ਜਿਵੇਂ ਮੈਨੂੰ ਨਾ ਬਲੱਡ ਕੁੱਕਰ ਹੋਈ ਜਾਂਦਾ ਹੈ। ਹਾਂ ਉਹੀ ਹੈ ਵੇ, ਮੇਰੀ ਕੋਈ ਸੁਣਦਾ ਨੀ ਵੇ, ਸੁਣ ਲੋ ਬਹੁਤ ਪਾਉਂਦੀ ਗੁਰਮੀਤਿਆ, ਚੱਕਵੀ ਜੀ ਚਾਹ ਹੀ ਕਰਕੇ ਲਿਆ ਦੇ ਵੇ। ਹਾਏ ਮਰ ਗਈ, ਹਾਏ ਵਾਹ ਹੈ ਜਾਣ ਗਈ, ਹਾਏ ਵੇ ਰੱਬਾ ਚੱਕ ਲੈ ਵੇ, ਮੈਂ ਮਰ ਗਈ ਵੇ ਰੱਬਾ, ਹਾਏ ਮਰ ਗਈ, ਹਾਏ ਵਾਹ ਹੈ ਜਾਣ ਗਈ, ਹਾਏ ਵੇ ਰੱਬਾ ਚੱਕ ਲੈ ਵੇ, ਮੈਂ ਮਰ ਗਈ ਵੇ ਰੱਬਾ, ਹਾਏ ਮਰ ਗਈ। ਲੈ ਬੇਬੇ ਤੇਰੇ ਵਾਸਤੇ ਐਸੀ ਚਾਹ ਬਣਾ ਕੇ ਲੈ ਕੇ ਆਇਆ, ਠੰਡੀ ਹੋ ਲੈਣ ਦੇ। ਅੱਛਾ ਤੂੰ ਵੇਖੀ ਵੀ ਪਹਿਲੀ ਕੁੱਟ ਸਿੱਧੀ ਗਿੱਟੇ ਤੇ ਵੱਜੂ। ਆਪਾਂ ਦੋਵੇਂ ਮਾਂ ਪੁੱਤ ਕੋਈ ਕਬੀਲਦਾਰੀ ਦੀ ਗੱਲ ਕਰੀਏ। ਸ਼ੁਕਰ ਹੈ ਵੇ, ਤੈਨੂੰ ਵੀ ਕਿਤੇ ਆ ਗੱਲ ਸੁੱਝੀ, ਅੱਜ ਪਹਿਲੀ ਵਾਰ ਕੀਤੀ ਕੰਮ ਦੀ ਗੱਲ। ਹਾਂ ਕਰ। ਇੱਕ ਗੱਲ ਹੈ ਬੇਬੇ, ਵੀ ਜਿਵੇਂ ਤੂੰ ਮੰਜੇ ਤੇ ਪਈ ਰਹਿਣੀ ਹੈ, ਦਵਾਈਆਂ ਹੀ ਖਾਈ ਜਾਂਦੀ ਹੈ, ਬਿਮਾਰ ਰਹਿਣੀ ਹੈ, ਵੀ ਮਤਲਬ ਕੁੱਲ ਰਲਾ ਮਿਲਾ ਕੇ ਵੇਖਿਆ ਜਾਵੇ ਤਾਂ ਬੇਬੇ ਹੁਣ ਤੂੰ ਐਵੇਂ ਖਰਚੇ ਦਾ ਘਰ ਹੀ ਹੈ, ਤੇਰਾ ਫਾਇਦਾ ਤਾਂ ਕੋਈ ਹੈ ਨਹੀਂ ਹੈ। ਮੈਨੂੰ ਐ ਲੱਗਦਾ ਜਿਹੜੇ ਐਡੇ ਲੰਮੇ ਲੰਮੇ ਟਕਾਰ ਜੇ ਆਉਂਦੇ, ਮੈਨੂੰ ਲੱਗਦਾ ਤੇਜ਼ਾਬ ਬਣਦਾ ਹੋਊਗਾ। ਹਾਂ ਤੇਜ਼ਾਬ ਬਣਦਾ ਮੇਰੇ ਤਾਂ ਬੇਬੇ, ਤੇਜ਼ਾਬ ਬਣਦਾ। ਹਾਂ ਤੇਜ਼ਾਬ ਬਣਦਾ, ਇਹ ਤੇਜ਼ਾਬ ਆਈ ਬਣੀ ਜਾਣ ਦੇ ਬੇਬੇ, ਕੀ ਪਤਾ ਤੇਜ਼ਾਬ ਬਣਦੇ ਬਣਦੇ ਹੌਲੀ ਹੌਲੀ ਪੈਟਰੋਲ ਬਣਨ ਲੱਗ ਜੇ। ਪੈਟਰੋਲ ਪੰਪ ਲਾ ਲਾਂਗੇ, ਮੈਂ ਮਾਲਕ ਬਣ ਜੂ ਬੇਬੇ ਪੈਟਰੋਲ ਪੰਪ ਦਾ। ਖੜ ਜਾ, ਤੈਨੂੰ ਮੈਂ ਬਣਾਉਣੀ ਆ ਪੌਂਟੀ ਚੱਡਾ। ਜਾਨ ਚਾਹੀਦੀ ਹੈ ਜਾਨ, ਤੇ ਜੇ ਕਿਤੇ ਆ ਰੀਠੇ ਵਰਗੇ ਦੇ ਪਈਆਂ ਹੋਣ ਤਾਂ ਇਹ ਸਾਲਾ ਉਹੀ ਪ੍ਰਲੋਕ ਸੁਧਾਰ ਜੇ। ਓਏ ਕੰਜਰੋ, ਕੋਈ ਸਿਆਣੀ ਗੱਲ ਵੀ ਕਰ ਲਿਆ ਕਰੋ। ਸਿਆਣਪ ਤਾਂ ਸਾਡੇ ਕੋਲ ਇੰਨੀ ਹੈ ਵੀ ਸਾਥੋਂ ਸੰਭਲਦੀ ਨੀ।
ਧਰਮ ਨਾਲ ਡੁੱਲ ਡੁੱਲ ਪੈਂਦੀ ਹੈ। ਲਓ ਜੀ ਸਿਆਣਪਤੀ ਗੱਲ ਸੁਣ ਲਓ, ਬਈ ਜੇ ਦਾਰੂ ਸਿੱਕਾ ਪੀਣਾ ਹੋਵੇ ਹਮੇਸ਼ਾ ਪੰਜ ਸੱਸੇ ਯਾਦ ਰੱਖਣੇ। ਚਾਚਾ ਉਹ ਕਿਹੜੇ ਕਿਹੜੇ? ਪਹਿਲਾ ਸੱਸਾ ਬਾਈ ਜੀ ਸਮਾਂ, ਸਮਾਂ ਦੇਖ ਕੇ ਪੀਣੀ ਚਾਹੀਦੀ ਹੈ ਬੰਦੇ ਨੂੰ, ਇਹ ਨੀ ਵੀ ਦਿਨ ਹੀ ਲੱਗ ਜਾਓ ਪੀ। ਤੇ ਦੂਜਾ ਸੱਸਾ ਸਥਾਨ, ਜਿਹੜੀ ਤੁਸੀਂ ਥਾਂ ਤੇ ਬਹਿ ਕੇ ਦਾਰੂ ਸਿੱਕਾ ਪੀਣੀ ਹੈ ਉਹ ਜਗ੍ਹਾ ਸਹੀ ਹੋਣੀ ਚਾਹੀਦੀ ਹੈ, ਗਲਤ ਜਗ੍ਹਾ ਬਾਈ ਜੀ ਜੁੱਤੀਆਂ ਨੂੰ ਥਾਂ ਕਰ ਦਿੰਦੀ। ਠੀਕ ਹੈ। ਲਓ ਜੀ ਤੀਜਾ ਸੱਸਾ ਸਾਥੀ, ਜਿਹੜੇ ਸਾਥੀ ਨਾਲ ਤੁਸੀਂ ਬੈਠ ਕੇ ਪੀਣੀ ਹੈ ਉਹਦੇ ਨਾਲ ਤੁਹਾਡੀ ਟਿਊਨਿੰਗ ਫਿੱਟ ਬਹਿੰਦੀ ਹੋਵੇ, ਖਾਨਦਾਨੀ ਬੰਦਾ ਹੋਵੇ। ਠੀਕ ਹੈ। ਚੌਥਾ ਸੱਸਾ ਸਰਮਾਇਆ, ਬਾਈ ਜੀ ਆਪਦੀ ਜੇਬ ਦੇਖ ਕੇ ਪੀਓ, ਆਪਦੀ ਜੇਬ ਦੇਖੋ, ਇਹ ਨੀ ਵੀ ਕਮਾਏ 70 ਤੇ ਲਾ ਦਿਓ 100, ਫਿਰ ਤਾਂ ਉੱਜੜਨ ਨੂੰ ਥਾਂ। ਹੁਣ ਪੰਜਵਾਂ ਤੇ ਆਖਰੀ ਸੱਸਾ ਉਹ ਹੈ ਬਾਈ ਜੀ ਸਬਰ, ਸਬਰ ਨਾਲ ਪੀਣੀ ਚਾਹੀਦੀ ਹੈ ਬਾਈ ਜੀ, ਬੇਸਬਰੇ ਹੋ ਕੇ ਨੀ ਪੀਣੀ ਚਾਹੀਦੀ, ਐਵੇਂ ਨੀ ਬਈ ਡੱਕ ਲੋ ਦਾਰੂ ਨਾਲ ਤੇ ਮੁੜ ਕੇ ਆ ਰੀਠੇ ਵਾਂਗੂ ਰੂੜੀਆਂ ਤੇ ਲਿਟਦੇ ਫਿਰੋ। ਕਿਵੇਂ ਲੱਗੀ ਬਾਈ ਮੇਰੀ ਸਿਆਣਪ? ਆਹਾ ਮੰਨ ਗਏ ਤੇਰੀ ਸਿਆਣਪ ਨੂੰ ਗੁਰਮੀਤਿਆ। ਬਈ ਗੁਰਮੀਤਿਆ ਤੂੰ ਮੈਨੂੰ ਇਹ ਦੱਸ ਬਈ ਤੂੰ ਤੂੰ ਇਹਨਾਂ ਪੰਜਾਂ ਸੱਸਿਆਂ ਚੋਂ ਕਿਹੜੇ ਸੱਸੇ ਤੇ ਖਰਾ ਉਤਰਦਾ ਹੈ? ਬਈ ਸੱਚੀ ਗੱਲ ਤਾਂ ਇਹ ਹੈ ਵੀ ਸਾਡੀ ਕਹਿਣੀ ਤੇ ਕਰਨੀ ਚ ਫਰਕ ਬਹੁਤ ਹੈ। ਵੀ ਇਹਨਾਂ ਪੰਜਾਂ ਸੱਸਿਆਂ ਦੇ ਅਸੀਂ ਤਾਂ ਕਦੇ ਕੋਲ ਦੀ ਨੀ ਲੰਘੇ। ਉਹ ਮੈਂ ਸੁਣਿਆ ਥੋੜੇ ਜਿਹੇ ਦਿਨ ਹੋ ਗਏ ਨੰਬਰਾਂ ਦਾ ਟੱਬਰ ਤੁਹਾਡੇ ਮਗਰ ਪੈ ਗਿਆ ਸੀ। ਓਏ ਉਹ ਤਾਂ ਦਰਅਸਲ ਪਹਿਲਾਂ ਅਸੀਂ ਉਹਨਾਂ ਦੇ ਮਗਰ ਪੈ ਗਏ ਫਿਰ ਉਹ ਸਾਡੇ ਮਗਰ ਪੈ ਗਏ। ਦੱਸੀ ਖਾ ਵੀ ਰੀਠਿਆ ਨੰਬਰ ਤਾਂ ਕਰੇ ਹੈ ਕੀ ਕਾਰਨਾਮਾ ਕੀਤਾ? ਨੰਬਰਦਾਰ ਸਾਹਿਬ ਤੁਸੀਂ ਸਾਰੇ ਪਿੰਡ ਦੇ ਵਿੱਚ ਡੱਬੇ ਵੰਡ ਤੇ ਮੁੰਡੇ ਦੇ ਵਿਆਹ ਦੇ ਪਰ ਮੇਰਾ ਘਰ ਛੱਡ ਤਾ। ਦੇਖੋ ਮੈਂ ਫੇਰ ਵੀ ਇਸ ਪਿੰਡ ਦਾ ਨਾਮਵਰ ਬੰਦਾ ਹੈ। ਹੈ ਜੀ ਦੇਖੋ ਜੀ ਇਹ ਬਰਫੀ ਦਾ ਜਿਹੜਾ ਡੱਬਾ ਹੈ ਉਹ ਡੱਬਾ ਦੇਣਾ ਤਾਂ ਬਣਦਾ ਹੈ। ਕਿਉਂ ਰੀਖਿਆ? ਬਣਦਾ ਬਾਈ ਬਣਦਾ। ਕਮਾਲ ਹੋ ਗਈ ਯਾਰ, ਮੈਂ ਜ਼ਿੰਦਗੀ ਪਹਿਲੀ ਵਾਰ ਦੇਖਿਆ ਜੇ ਕਿਸੇ ਦੇ ਘਰ ਡੱਬਾ ਨਾ ਦਿਓ ਤਾਂ ਅਗਲਾ ਡੱਬਾ ਲੈਣੇ ਘਰੇ ਆ ਜੇ। ਉਹ ਜਦੋਂ ਸਾਡਾ ਤੁਹਾਡੇ ਨਾਲ ਕੋਈ ਵਰਤ ਵਰਤਾਵਾ ਨਹੀਂ ਤੇ ਨਾ ਅਸੀਂ ਰੱਖਣਾ ਤੇ ਡੱਬਾ ਕਾਹਦਾ ਯਾਰ? ਓ ਯਾਰ ਡੱਬਾ ਨਹੀਂ ਤੁਸੀਂ ਵਰਤ ਵਰਤਾਵਾ ਰੱਖਣਾ ਨਾ ਰੱਖੋ ਬਈ, ਹੈ ਨਾਲੇ ਸਾਡੇ ਨਾਲ ਵਰਤ ਵਰਤਾਵਾ ਰੱਖਣਾ ਮਾੜੇ ਮੋਟੇ ਬੰਦੇ ਦਾ ਕੰਮ ਨਹੀਂ, ਮੂੰਹ ਮੁੜ ਜਾਂਦੇ ਆ ਮੂੰਹ। ਹਾਂ ਕਿਉਂ ਰੀਠਿਆ? ਜਮਾ ਰਾਜਸਥਾਨੀ ਨਾਗਨੀ ਵਾਂਗ ਖਰੀ ਗੱਲ ਕੀਤੀ। ਨਾਲੇ ਬਾਈ ਹੈ ਨੀ ਕਿਸੇ ਚ ਇੰਨਾ ਦਮ ਜਿਹੜਾ ਚਿੱਟੇ ਹਾਥੀਆਂ ਨੂੰ ਸਾਂਭੇ। ਵੇਖ ਮੂੰਹ ਵੇਖ ਇਹਨਾਂ ਚਿੱਟੇ ਹਾਥੀਆਂ ਦੇ। ਤੁਸੀਂ ਬਾਈ ਜੀ ਜੋ ਮਰਜ਼ੀ ਕਹਿ ਲਓ ਸਾਨੂੰ ਪਰ ਇੱਕ ਗੱਲ ਹੈ ਨੰਬਰਦਾਰ ਸਾਹਿਬ, ਡੱਬਾ ਦੇਣਾ ਤਾਂ ਬਣਦਾ ਹੈ। ਡੱਬਾ 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 ਉਹ ਕਿੱਥੇ ਪਟਾ ਚੜ ਗਿਆ ਤੁਹਾਡਾ? ਓ ਗੁਰਮੀਤਿਆ ਜਾਂਦੇ ਰਹੋ ਇੱਥੋਂ, ਡਾਂਗਾ ਪੈਣਗੀਆਂ ਤੁਹਾਡੇ। ਆ ਤੁਹਾਡਾ ਜੀ ਆ ਭਾਣੇ ਵਾਲਾ ਭਾਣਜਾ ਹੈ, ਇਹ ਦਰਵੇਸ਼ਾਂ ਨੂੰ ਝਿੜਕਦਾ ਜੀ, ਇਹ ਪਾਪ ਲੱਗੂਗਾ। ਓ ਗੁਰਮੀਤਿਆ ਆ ਵੇਖ ਲਓ। ਉਹ ਛੱਡੋ ਯਾਰ ਦਿਓ ਡੱਬਾ ਨੇ ਵੇੜੋ ਕੰਮ, ਹੋਰ ਵੀ ਕੰਮ ਕਰਨੇ ਆਪਾਂ। ਓਏ ਗੁਰਮੀਤਿਆ ਆ ਚੱਕ ਡੱਬਾ, ਤੇਰੇ ਮੂਹਰੇ ਬੰਨੇ ਹੱਥ ਮੁੜ ਕੇ ਨਾ ਆਵੇ। ਆ ਹੁਣ ਡੱਬਾ ਦੇਤਾ ਫਿਰ ਬਰਾਤ ਤਾਂ ਪੱਕੀ ਹੈ। ਤੈਨੂੰ ਬਿਠਾਈ ਖੜਿਆ ਫੁੱਲਾਂ ਵਾਲੀ ਕਾਰ ਚ, ਤੈਨੂੰ ਡੱਬਾ ਦੇਤਾ ਇੰਨਾ ਥੋੜਾ। ਇਹ ਗੱਲ ਬਾਈ ਜੀ ਗੱਲ ਸੁਣ ਲੋ, ਇਹ ਡੱਬਾ ਡੁੱਬਾ ਮੈਂ ਐਂ ਵੈਸੇ ਕਿਸੇ ਤੋਂ ਲੈਂਦਾ ਨੀ ਗਾ, ਇਹ ਜਿਹੜਾ ਮੈਂ ਡੱਬਾ ਲਿਆ ਨਾ ਇਹ ਤਾਂ ਤੁਹਾਡਾ ਮਾਣ ਤਾਣ ਰੱਖ ਲਿਆ ਨੀ, ਇਹੋ ਜਿਹੇ ਲੱਡੂ ਪੇੜੇ ਮੇਰੇ ਘਰੇ ਕਿੱਕਰਾਂ ਨੂੰ ਲੱਗਦੇ ਕਿੱਕਰਾਂ ਨੂੰ। ਵਾਹ ਤੁਹਾਡੇ ਗੁਰਮੀਤਿਆ, ਜੇ ਪਿਓ ਦਾ ਪੁੱਤ ਭੱਜੀ ਨਾ ਖੜੀ ਇੱਥੇ, ਮੁੰਡੇ ਲਿਆਓ ਡਾਂਗਾ, ਛਾਂਗ ਦੋ ਗਿੱਟੇ, ਨਾਲੇ ਖੋਲੋ ਡੱਬਾ। ਨੰਬਰਦਾਰਾਂ ਦੇ ਘਰੇ ਧੱਕੇ ਨਾਲ ਆਪਣੀ ਇੱਜ਼ਤ ਬਣਾਉਣ ਗਏ ਸੀ। ਚਾਚਾ ਗੱਲ ਸਮਝ ਨਹੀਂ ਆਈ,
ਚੜੀ ਕਦੋਂ ਹੁੰਦੀ ਆ ਤੇ ਲੱਥੀ ਕਦੋਂ ਹੁੰਦੀ ਆ? ਜਿਹੜੇ 12 ਘੰਟੇ ਅਸੀਂ ਸੁੱਤੇ ਹੁੰਨੇ ਆ ਉਹਨਾਂ ਵਿੱਚ ਸਾਡੀ ਇੱਜ਼ਤ ਚੜੀ ਹੁੰਦੀ ਆ, ਤੇ ਜਿਹੜੇ 12 ਘੰਟੇ ਅਸੀਂ ਜਾਗਦੇ ਆ ਉਹਨਾਂ 'ਚ ਲੱਥੀ ਹੁੰਦੀ ਆ। ਓਏ ਠਾੜੇ ਵਾਲਿਆ, ਅਖਬਾਰ 'ਚ ਹੀ ਖੁੱਭਿਆ ਪਿਆ, ਸਾਨੂੰ ਵੀ ਸੁਣਾ ਦੇ ਕੋਈ ਖਬਰ ਤੱਤੀ ਠੰਡੀ। ਆਹੀ ਖਬਰਾਂ, ਮਹਿੰਗਾਈ, ਲੁੱਟਾਂ ਖੋਹਾਂ, ਬੇਰੁਜ਼ਗਾਰੀ, ਧਰਨੇ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਬੰਦਾ ਅੱਜ ਕੱਲ੍ਹ ਦੇ ਜ਼ਮਾਨੇ 'ਚ ਕਰੇ ਤਾਂ ਕੀ ਕਰੇ। ਬਈ ਮੇਰੇ ਕੋਲ ਇੱਕ ਐਸੀ ਤਰਕੀਬ ਹੈ ਬਈ, ਨਾ ਤੁਹਾਡੇ ਤੇ ਮਹਿੰਗਾਈ ਦਾ ਅਸਰ, ਨਾ ਲੁੱਟਾਂ ਖੋਹਾਂ ਦਾ, ਨਾ ਧਰਨਿਆਂ ਦਾ, ਹੈ ਤੁਹਾਡੇ ਤੇ ਕੋਈ ਅਸਰ ਨਹੀਂ ਹੋਣਾ, ਬਸ ਮੌਜਾਂ ਹੀ ਮੌਜਾਂ। ਚਾਚਾ ਉਹ ਕਿਵੇਂ? ਲੈ ਬਈ ਸੱਠ ਲਿਓ ਜਰਾ ਸੁਣ ਕੇ ਬਈ। ਬਾਬੇ ਬਣ ਜਾਓ ਯਾਰ ਤੇ ਮੌਜਾਂ ਰਹਿਣਗੀਆਂ, ਬਾਬੇ ਬਣ ਜਾਓ ਯਾਰ ਤੇ ਮੌਜਾਂ ਰਹਿਣਗੀਆਂ, ਛੱਡੋ ਬਾਕੀ ਦੇ ਕੰਮ ਕਾਰ ਤੇ ਮੌਜਾਂ ਰਹਿਣਗੀਆਂ। ਪਖੰਡੀ ਬਾਬੇ ਬਣ ਜਾਓ ਯਾਰ ਤੇ ਮੌਜਾਂ ਰਹਿਣਗੀਆਂ। ਤੁਰਦਾ ਰਹਿਣਾ ਬਿਸਕੁਟ ਵਾਂਗੂ, ਤੁਰਦਾ ਰਹਿਣਾ ਲੂਣ ਦੇ ਵਾਂਗੂ, ਖੁਰਦਾ ਰਹਿਣਾ ਲੂਣ ਦੇ ਵਾਂਗੂ, ਖੁਰਦਾ ਰਹਿਣਾ ਹੋਇਆ ਫਿਰੇ ਲਤਾ ਕਿ ਮੌਜਾਂ ਕਿ ਮੌਜਾਂ ਕਿ ਮੌਜਾਂ ਰਹਿਣਗੀਆਂ। ਬਾਬੇ ਬਣ ਜਾਓ ਯਾਰ ਕਿ ਮੌਜਾਂ ਰਹਿਣਗੀਆਂ। ਸੱਚ ਨੂੰ ਪੱਲੇ ਬਿਨਾ ਝੂਠ ਦੇ ਸੱਚ ਨਾ ਚੱਲੇ, ਹਰ ਥਾਂ ਝੂਠ ਦੀ ਬੱਲੇ ਬੱਲੇ, ਹਰ ਥਾਂ ਝੂਠ ਦੀ ਬੱਲੇ ਬੱਲੇ, ਉਹ ਝੂਠ ਦੀ ਜੈ ਜੈਕਾਰ ਮੌਜਾਂ ਕੇ ਮੌਜਾਂ ਕੇ ਮੌਜਾਂ ਰਹਿਣਗੀਆਂ। ਪਖੰਡੀ ਬਾਬੇ ਬਣ ਜਾਓ ਯਾਰ ਕੇ ਮੌਜਾਂ ਰਹਿਣਗੀਆਂ। ਦਮ ਚੀਨੇ ਬਣ ਕੇ ਰਹਿਣਾ, ਗਲ ਪਾ ਰੱਬ ਦੇ ਨਾਂ ਦਾ ਗਹਿਣਾ, ਕੁਝ ਨੀ ਦੇਣਾ ਲੈਣਾ ਹੀ ਲੈਣਾ, ਕੁਝ ਨੀ ਦੇਣਾ ਲੈਣਾ ਹੀ ਲੈਣਾ, ਬੇੜਾ ਹੋ ਜਾਉ ਪਾ ਕੇ ਮੌਜਾਂ ਕੇ ਮੌਜਾਂ ਕੇ ਮੌਜਾਂ ਰਹਿਣਗੀਆਂ। ਬਾਬੇ ਬਣ ਜਾਓ ਯਾਰ ਕੇ ਮੌਜਾਂ ਰਹਿਣਗੀਆਂ। ਪਖੰਡੀ ਸੰਗ ਹੋਣੀਆਂ ਨਾਰਾਂ, ਥੱਲੇ ਹੋਣੀਆਂ ਏਸੀ ਕਾਰਾਂ, ਪੈਰੀ ਪੈਣਗੀਆਂ ਸਰਕਾਰਾਂ, ਪੈਰੀ ਪੈਣਗੀਆਂ ਸਰਕਾਰਾਂ, ਹੋ ਮਹਿਮਾ ਅਪਰਮ ਪਾ ਕੇ ਮੌਜਾਂ ਕੇ ਮੌਜਾਂ ਕੇ ਮੌਜਾਂ ਰਹਿਣਗੀਆਂ। ਪਖੰਡੀ ਬਾਬੇ ਬਣ ਜਾਓ ਯਾਰ ਕੇ ਮੌਜਾਂ ਰਹਿਣਗੀਆਂ। ਕੁੰਮ ਜਗ ਤੱਕਿਆ ਸਾਰਾ, ਪਿਆਸੇ ਦੇਖੀ ਅਜ਼ਬ ਨਜ਼ਾਰਾ, ਲੁੱਟਣ ਬਾਜੋਂ ਪਿਆ ਹੈ ਯਾਰਾ, ਲੁੱਟਣ ਬਾਜੋਂ ਪਿਆ ਹੈ ਯਾਰਾ, ਇਹ ਸਾਰਾ ਸੰਸਾਰ ਮੌਜਾਂ ਕੇ ਮੌਜਾਂ ਕੇ ਮੌਜਾਂ ਰਹਿਣਗੀਆਂ। ਪਖੰਡੀ ਬਾਬੇ ਬਣ ਜਾਓ ਯਾਰ ਕੇ ਮੌਜਾਂ ਰਹਿਣਗੀਆਂ। ਬਾਬੇ ਬਣ ਜਾਓ ਯਾਰ ਕੇ ਮੌਜਾਂ ਰਹਿਣਗੀਆਂ। ਬਾਬੇ ਬਣ ਜਾਓ ਯਾਰ ਕੇ ਮੌਜਾਂ ਰਹਿਣਗੀਆਂ। ਬਾਬੇ ਬਣ ਜਾਓ ਯਾਰ ਕੇ ਮੌਜਾਂ ਰਹਿਣਗੀਆਂ।
ਚੱਲਦਾ ਕਾਲਾ ਮਾਲਾ ਬਈ ਹੁਣ ਚੱਲਦਾ ਕਾਲਾ ਮਾਲਾ ਇਹ ਹੈ ਕਾਲਾ ਮਾਲਾ ਮਿੱਤਰੋ ਵੇਖੋ ਕਾਲਾ ਕਾਲਾ ਮਾਲਾ ਤਵਾ ਲਾਇਆ ਨਾ ਤੇ ਮੈਂ ਸਾਰਾ ਤੇਰੇ ਤੇ ਸੀਡੀ ਲਾ ਦੂੰ। ਲਾ ਦੀ ਮੇਰਾ ਕਿਹੜਾ ਝੰਡਾ ਡਾਉਣ ਹੁੰਦਾ। ਉਹ ਬਾਈ ਜੀ ਹੋਇਆ ਏਦਾਂ, ਗੁਰਮੀਤੇ ਦੇ ਵੱਡੇ ਭਰਾ ਨੇ ਜਿਹੜੇ ਘੜੇ ਕੁੜੀ ਦਾ ਰਸਤਾ ਕਰਨਾ ਸੀ ਉੱਥੇ ਇਹਨੂੰ ਭੇਜਤਾ, ਵੀ ਜਾ ਪਤਾ ਕਰਕੇ ਆ ਮੁੰਡਾ ਕਿਹੋ ਜਿਹਾ ਵਾ, ਮੁੰਡਾ ਨਸ਼ੇ ਪੱਤੇ ਤਾਂ ਨਹੀਂ ਕਰਦਾ। ਬਸ ਲਾ ਕੇ ਆਦੀ ਆ, ਪਹੁੰਚ ਗਿਆ ਸਿੱਧਾ ਮੁੰਡਿਆਂ ਦੇ ਘਰੇ। ਫਿਰ ਦੱਸੀ ਖਾ ਰੀਠਿਆ ਕੀ ਸੀਨ ਬਣਦਾ ਬਈ? ਆਓ ਜੀ, ਜੀ ਆਇਆਂ ਨੂੰ ਧੰਨ ਭਾਗ ਜੋ ਤੁਸੀਂ ਸਾਡੇ ਘਰ ਆਏ। ਹੋਰ ਸਾਰੇ ਆਪਣੇ ਘਰ ਠੀਕ ਠਾਕ ਹੈ ਜੀ? ਤੁਹਾਡਾ ਸਾਡੇ ਘਰ ਅੱਜ ਸੁੱਖ ਨਾਲ ਹੀ ਆਉਣਾ ਹੋਇਆ ਜੀ? ਸਭ ਠੀਕ ਠਾਕ ਹੈ, ਸੁੱਖ ਸਾਂਦ ਹੈ ਜੀ। ਦਰਅਸਲ ਮੈਂ ਤਾਂ ਤੁਹਾਡੇ ਬਾਰੇ ਪਤਾ ਕਰਨ ਆਇਆ ਜੀ। ਮੈਂ ਸਾਡੇ ਬਾਰੇ? ਅਸੀਂ ਤਾਂ ਬਿਲਕੁਲ ਠੀਕ ਠਾਕ ਹਾਂ ਜੀ। ਉਵੇਂ ਨਹੀਂ ਜੀ, ਮਤਲਬ ਮੈਨੂੰ ਮੇਰੇ ਭਰਾ ਨੇ ਭੇਜਿਆ ਵੀ ਮੈਂ ਤੁਹਾਡੇ ਬਾਰੇ ਅਤੇ ਮੁੰਡੇ ਬਾਰੇ ਪਤਾ ਕਰਕੇ ਆਵਾਂ। ਮੁੰਡਾ ਕੋਈ ਨਸ਼ੇ ਪੱਤੇ ਤਾਂ ਨਹੀਂ ਕਰਦਾ, ਗਲਤ ਸੁਸਾਇਟੀ ਵਿੱਚ ਤਾਂ ਨਹੀਂ ਉਹ ਉੱਠਣੀ ਬੈਠਣੀ? ਨਾ ਜੀ ਨਾ, ਬਿਲਕੁਲ ਨਹੀਂ। ਨਾਲੇ ਤੁਸੀਂ ਕੁੜੀ ਵਾਲੇ ਹੋ, ਜ਼ਰੂਰ ਪਤਾ ਕਰੋ, ਸਾਡੇ ਆਂਢ ਗੁਆਂਢ 'ਚੋਂ ਪਤਾ ਕਰੋ, ਭਾਈਚਾਰੇ 'ਚੋਂ ਪਤਾ ਕਰੋ, ਜਿੱਥੋਂ ਮਰਜ਼ੀ ਪਤਾ ਕਰੋ, ਸਾਨੂੰ ਕੋਈ ਇਤਰਾਜ਼ ਨਹੀਂ ਜੀ। ਬਾਈ ਜੀ, ਮੈਂ ਆਪਣੇ ਬਾਰੇ ਤੁਹਾਨੂੰ ਮਾੜਾ ਜਿਹਾ ਦੱਸ ਦਿਆਂ ਕਿ ਮੈਂ ਬਹੁਤ ਸਿਆਣਾ ਮਨੁੱਖ ਹਾਂ ਜੀ। ਮੈਂ ਹਾਂਜੀ 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 ਦੇਖੋ, ਮੈਂ ਤੁਹਾਡੇ ਬਾਰੇ ਜਾਵਾਂ, ਤੁਹਾਡੇ ਆਂਢ ਗੁਆਂਢ ਤੁਹਾਡੀ ਬਰਾਦਰੀ ਦੇ ਵਿੱਚੋਂ ਪਤਾ ਕਰਨ, ਤੁਹਾਡੀ ਹੋਵੇ ਕਿਸੇ ਨਾਲ ਲਾਗ ਡਾਟ, ਅਗਲੇ ਮਾਰ ਦੇਣ ਭਾਨੀ, ਅਤੇ ਫਿਰ ਆਪਣੀ ਤਾਂ ਦੋਹਾਂ ਪਰਿਵਾਰਾਂ ਦੀ ਹੋ ਜਾਊਗੀ ਨਾ ਹਾਨੀ। ਮੈਂ ਬਹੁਤ ਸਿਆਣਾ ਮਨੁੱਖ ਹੈ ਜੀ। ਮੈਂ ਹੁਣ ਸੌ ਹੱਥ ਰੱਸਾ ਸਿਰੇ ਤੇ ਗੰਢ, ਆਪਾਂ ਮੁੱਦੇ ਤੇ ਆਈਏ। ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਬੰਦੇ ਕਿਹੋ ਜਿਹੇ ਹੋ? ਆਹ ਬੰਦੇ ਤੁਸੀਂ ਬਹੁਤ ਵਧੀਆ ਹੋ। ਹੈਂ ਬੰਦੇ ਤੁਹਾਨੂੰ ਕੀ ਹੋਇਆ? ਤੁਹਾਡੇ ਵਰਗੇ ਤਾਂ ਬਾਈ ਜੀ ਬੰਦੇ ਮਿਲ ਹੀ ਨਹੀਂ ਸਕਦੇ। ਭਾਵੇਂ ਬੰਦਾ ਮੋਟਰਸਾਈਕਲ ਲੈ ਕੇ ਭਾਲਦਾ ਫਿਰੇ ਤਾਂ ਵੀ ਨਹੀਂ ਮਿਲ ਸਕਦੇ ਜੀ ਬੰਦੇ ਤੁਹਾਡੇ ਵਰਗੇ। ਬਾਕੀ ਅੱਜ ਵੀਰਵਾਰ, ਤੁਸੀਂ ਤਾਂ ਪੀਂਦੇ ਨਹੀਂ ਹੋਵੋਗੇ ਜੀ ਵੀਰਵਾਰ ਨੂੰ, ਮੈਨੂੰ ਮਾਫ਼ ਕਰ ਦਿਓ ਜੀ। ਹੈਂ ਹਾਂ ਜੀ, ਮੈਂ ਬਹੁਤ ਸਿਆਣਾ ਮਨੁੱਖ ਹੈ ਜੀ। ਦੂਜੀ ਮੇਨ ਗੱਲ, ਤੁਸੀਂ ਮੈਨੂੰ ਇਹ ਵੀ ਦੱਸੋ ਵੀ ਆਪਣਾ ਮੁੰਡਾ ਕੋਈ ਨਸ਼ੇ ਪੱਤੇ ਤਾਂ ਨਹੀਂ ਕਰਦਾ, ਗਲਤ ਸੁਸਾਇਟੀ ਵਿੱਚ ਤਾਂ ਨਹੀਂ ਉੱਠਣਾ ਬੈਠਣਾ ਇਹਦਾ? ਮੁੰਡਾ ਤੁਹਾਡੇ ਸਾਹਮਣੇ ਆ ਜੀ, ਜੋ ਮਰਜ਼ੀ ਪੁੱਛੋ। ਮੈਂ ਤਾਂ ਮੁੰਡੇ ਦਾ ਚਿਹਰਾ ਦੇਖ ਕੇ ਦੱਸ ਸਕਦਾ ਵੀ ਮੁੰਡਾ ਨਸ਼ੇ ਪੱਤੇ ਕਰਦਾ ਹੈ ਕਿ ਨਹੀਂ ਕਰਦਾ। ਮੇਰਾ ਬਾਈ ਜੀ ਸਾਰੀ ਉਮਰ ਦਾ ਤਜਰਬਾ ਹੈ। ਹਾਂ ਮੁਰਗਾ ਮੁੰਡੇ ਨੂੰ ਕੀ ਹੋਇਆ? ਮੁੰਡਾ ਬਹੁਤ ਵਧੀਆ, ਮੁੰਡਾ ਧਰਮ ਨਾਲ ਬੈਟਰੀ ਵਾਂਗੂ ਜਗਦਾ ਤੇ ਸੋਨੇ ਵਾਂਗੂ ਦਗਦਾ। ਮੁੰਡਾ ਮੇਰੇ ਵੱਲੋਂ ਪਾਸ। ਮੈਂ ਬਹੁਤ ਸਿਆਣੇ ਮਨੁੱਖ ਹੋ। ਹੁਣ ਤਾਂ ਤੁਹਾਨੂੰ ਵੀ ਪਤਾ ਲੱਗ ਗਿਆ ਹੈ
ਆਹੀ ਤਾਂ ਮੈਂ ਪਤਾ ਕਰਨ ਆਇਆ ਸੀ ਤੁਹਾਡੇ ਬਾਰੇ ਤੇ ਮੁੰਡੇ ਬਾਰੇ। ਵੀ ਬਾਈ ਜੀ ਐਂ ਨਾ ਨਾ ਹੋਵੇ ਵੀ ਦੇਖੋ ਕੱਲ ਨੂੰ ਤੁਹਾਡਾ ਮੁੰਡਾ ਜਾਵੇ ਸਾਡੇ ਘਰ ਯਾਨੀ ਆਪਦੇ ਸਹੁਰੀ ਤੇ ਉੱਥੇ ਪੀ ਕੇ ਦਾਰੂ ਕਰਕੇ ਨਸ਼ਾ ਤੇ ਸਾਡੇ ਵਿਹੜੇ ਚ ਉੱਥੇ ਸਾਡੇ ਵਿਹੜੇ ਚ ਉੱਥੇ ਮੰਜੇ ਤੇ ਨਸ਼ੇ ਚ ਟੁੰਨ ਹੋ ਕੇ ਟੇਢਾ ਹੋਇਆ ਪਿਆ ਹੋਇਆ ਮਨੁੱਖ। ਸਾਲਿਆ ਦੂਜਿਆਂ ਦੇ ਘਰਾਂ ਦੇ ਤੈਨੂੰ ਗੁਲੇਟੇ ਉਧੇੜਨੇ ਆਉਂਦੇ ਆ, ਇਹਦੀ ਸੁਣ ਲਓ। ਇਹ ਗਿਆ ਬਾਈ ਜੀ ਆਪਦੀ ਸਾਲੀ ਨੂੰ ਮਿਲਣ। ਹੁਣ ਅਕਸਰ ਜੀਜਾ ਗਿਆ ਸੀ, ਹੁਣੇ ਬਾਈ ਬੜੀ ਸੇਵਾ ਕੀਤੀ, ਬੜੀ ਸੇਵਾ ਕੀਤੀ। ਕਿਧਰੇ ਲੱਡੂ ਪੇੜੇ ਜਲੇਬੀਆਂ, ਕਿਧਰੇ ਠੰਡੇ ਪੱਤੇ, ਤੇ ਸਾਲਾ ਫੇਰ ਵੀ ਉੱਥੋਂ ਗੁੱਸੇ ਹੋ ਕੇ ਆ ਗਿਆ। ਪਤਾ ਕਿਉਂ? ਇਸ ਕਰਕੇ ਕਹਿੰਦਾ ਸਾਲਾ ਲੱਲੜ ਪੱਲੜ ਜਾ ਹੋਰ ਹੀ ਧਰੀ ਗਏ। ਅਖੇ ਭੁਜਿਆ ਬਦਾਨਾ ਤਾਂ ਖਵਾਇਆ ਹੀ ਨਹੀਂ ਬੇਟੇ ਮੂੰਹ ਤੁਹਾਡੀ ਸਲਾਬੀ ਜਾਤ ਦੇ। ਲੈ ਵੀ ਰੀਠਿਆ ਹੁਣ ਸੁੱਕਾ ਨਾ ਜਾਵੇ ਗੁਰਮੀਤਾ। ਓਏ ਐ ਨੀ ਸੁੱਕਾ ਜਾਣ ਦਿੰਦਾ ਗੁਰਮੀਤੇ ਨੂੰ। ਆ ਮਹੀਨਾ ਕੁ ਪਹਿਲਾਂ ਦਾਰੂ ਵਾਲੀ ਭੱਠੀ ਤੋਂ ਸਾਨੂੰ ਪੁਲਿਸ ਲੈ ਗਈ ਫੜ ਕੇ। ਮੁੰਡਿਓ ਬੁਲਾਓ ਗੁਰਮੀਤੇ ਦੇ ਰੀਠੇ ਅਮਲੀ ਨੂੰ। ਦਾਰੂ ਵਾਲੀ ਭੱਠੀ ਤੇ ਹੁਣ ਦਾਰੂ ਪੀਣੀ ਜਾਵਾਂਗੇ ਜੀ, ਹੋਰ ਹੁਣ ਪਤਾਸੇ ਥੋੜੀ। ਕਿਉਂ ਨਸ਼ੇ ਕਰ ਕਰਕੇ ਆਪਣੀਆਂ ਦੇਹਾਂ ਗਾਲਦੇ ਹੋ? ਮੈਂ ਕਹਿੰਦਾ ਨਸ਼ੇ ਛੱਡ ਦਿਓ ਛੱਡ ਦਿਓ ਛੱਡ ਦਿਓ। ਜਨਾਬ ਹੁਣ ਤਾਂ ਜਦੋਂ ਛੱਡਾਂਗੇ ਨਾ ਸਰੀਰ ਹੀ ਛੱਡਾਂਗੇ। ਓਏ ਹੋਰ ਸਰੀਰ ਕੀ ਛੱਡੇਗਾ, ਓਏ ਬੀਤਿਆ ਦਾ ਪਿਆ ਚੱਲ। ਜੀ ਜਨਾਬ। ਫਿੱਟੇ ਮੂੰਹ ਕੰਜਰੋ ਜਾ ਆਪਣੇ ਘਰਾਂ ਨੂੰ, ਮੁੜ ਕੇ ਪੱਠੀ ਜਾ ਕੇ ਦਾਰੂ ਨਹੀਂ ਪੀਣੀ। ਨਹੀਂ ਜਾਂਦੇ ਜਨਾਬ, ਹੁਣ ਦਾਰੂ ਘਰੇ ਮੰਗਾ ਕੇ ਪੀ ਲਿਆ ਕਰਾਂਗੇ ਜੀ। ਲੈ ਕਰ ਲਓ ਗੱਲ ਜਨਾਬ, ਸਮਝਾ ਲਓ ਇਹਨਾਂ ਨੂੰ। ਤੁਸੀਂ ਖੜੇ ਹੀ ਹੋਏ ਜਨਾਬ, ਐਂ ਕਿਵੇਂ ਜਾਂਦੇ ਰਹੀਏ ਜੀ? ਹੋਰ ਹੁਣ ਤੁਹਾਡੇ ਵਾਸਤੇ ਅਸੀਂ ਬੈਂਡ ਬਾਜੇ ਵਾਲੇ ਦੇਵਾਂਗੇ, ਫੇਰ ਜਾਓਗੇ? ਬੈਂਡ ਬਾਜੇ ਦਾ ਕੀ ਕਰਨਾ? ਨਹੀਂ ਜੀ ਨਹੀਂ, ਤੁਸੀਂ ਸਾਨੂੰ ਇਹ ਦੱਸੋ ਜੀ ਵੀ ਤੁਸੀਂ ਜਦੋਂ ਸਾਨੂੰ ਦਾਰੂ ਵਾਲੀ ਭੱਠੀ ਤੋਂ ਫੜ ਕੇ ਲਿਆਂਦਾ, ਸਾਨੂੰ ਤਾਂ ਉਦੋਂ ਇੰਨੀ ਸੁਰਤ ਜੀ ਨਹੀਂ ਸੀ, ਤੇ ਤੁਸੀਂ ਕਾਹਦੇ ਤੇ ਲੈ ਕੇ ਆਏ ਸੀ? ਜੀਪ ਤੇ। ਜੀਪ ਤੇ? ਤੇ ਫਿਰ ਹੁਣ ਸਾਨੂੰ ਘਰੇ ਵੀ ਜੀਪ ਤੇ ਹੀ ਛੱਡ ਕੇ ਆਓ ਜੀ। ਉਹ ਫਿਰ ਥਾਣੇਦਾਰ ਨੇ ਤੁਹਾਨੂੰ ਕੁਛ ਨੀ ਆਖਿਆ ਹੋਏ? ਆਖਿਆ ਕਿਉਂ ਨੀ, ਥਾਣੇਦਾਰ ਪਤਾ ਕੀ ਕਹਿੰਦਾ? ਹਾਂ ਜੀਪ ਤੇ ਤੁਹਾਨੂੰ ਹੈਲੀਕਾਪਟਰ ਨਾ ਕਰਾ ਦਿਆਂ। ਹੈਲੀਕਾਪਟਰ ਕਰਾ ਦਿਓ ਜਨਾਬ, ਘਰੇ ਹੀ ਜਾਣਾ। ਇਹ ਜਨਾਬ ਹੈਲੀਕਾਪਟਰ ਉੱਡੂਗਾ ਕਿੱਥੋਂ? ਇਹ ਪੁੱਤ ਥਾਣੇ ਉੱਡੂਗਾ। ਬੜੀ ਵਧੀਆ ਗੱਲ ਹੈ ਜੀ, ਛੇਤੀ ਸਟਾਰ ਕਰੋ। ਜਾਣਦੇ ਰੀਠਿਆ, ਆਪਾਂ ਸਾਲਿਆ ਐਵੇਂ ਦੋਵੇਂ ਜਾਣੇ ਪਾਕਿਸਤਾਨ ਤੇ ਹਿੰਦੁਸਤਾਨ ਬਣੇ ਬੈਠੇ ਆ, ਹੈ ਤੇ ਆ ਆ ਵਿੱਚ ਅਮਰੀਕਾ ਬਣ ਕੇ ਐਵੇਂ ਸਵਾਦ ਲਈ ਜਾਂਦੇ ਆ। ਅਸੀਂ ਤਾਂ ਅਮਰੀਕਾ ਨਹੀਂ ਬਣਦੇ, ਉਹ ਅਸੀਂ ਤਾਂ ਪੰਜਾਬ ਹੀ ਠੀਕ ਹੈ। ਪਰ ਕਈ ਦਿਨ ਹੋ ਗਏ ਉਹ ਅਸੀਂ ਸੁਣਿਆ ਸੀ ਉਹ ਤੈਨੂੰ ਕਮਲ ਛੁੱਟ ਪਿਆ ਸੀ, ਤੂੰ ਲੋਕਾਂ ਦੇ ਘਰੇ ਰੋੜੇ ਮਾਰਨ ਲੱਗ ਪਿਆ ਸੀ। ਆ ਰੋੜਿਆਂ ਵਾਲੀ ਗੱਲ ਆ ਦੱਸੀ ਖਾ ਰੀਠਿਆ, ਉਹ ਦਿਨ ਗੁਰਮੀਤੇ ਨਾਲ ਇਹ ਕੀ ਭਾਣਾ ਵਰਤਿਆ ਵੀ ਗੁਰਮੀਤੀਆਂ ਰਹਿੰਦੇ। ਓਏ ਗੁਰਮੀਤੀਆਂ ਓਏ ਕੀ ਕਰੀ ਜਾਣਾ, ਟਪਾਤਾ ਦੋ ਘਰ ਟਪਾਤਾ। ਤੂੰ ਵੀ ਮਾਰ ਸਾਲਿਆ ਸੰਤੇ ਕੇ ਘਰੇ ਬੱਚਿਆ
ਇਕੱਠੇ ਦੋ ਦੋ ਮਾਰੂ ਦੋ ਇਧਰ ਇਧਰ ਗੰਦੀ ਲਾਤੀ। ਲਕਸ਼ਮਣ ਸਿੰਘ ਘਰੇ ਹੀ ਹੈ ਕਿ ਨਿਕਲ ਗਿਆ? ਆ ਵੇਖ ਆਪਦੇ ਚੋਰ ਚਾਨਣ ਦੇ ਕਾਰੇ। ਨਿੱਕੀ ਗੱਲ ਹੋ ਗਈ ਜਗੀਰੋ, ਹੈ ਐਵੇਂ ਬੁੜਕੀ ਜਾਨੀ ਆ, ਬਿਨਾਂ ਅੱਖ ਬੋਲੀ ਜਾਨੀ, ਚਬਰ ਚਬਰ ਜੋ ਮੂੰਹ ਚਾਉਂਦਾ। ਲਾ ਅਜੇ ਤੈਨੂੰ ਗੱਲ ਦਾ ਨਹੀਂ ਪਤਾ, ਉੱਤੇ ਪਿੰਡ ਦੇ ਤਾਂ ਨਾ ਰੋੜੇ ਮਾਰਨਾ ਮੂੰਹ ਸਰ ਭਣ ਤੇ, ਉਹ ਪੁੱਛਾ ਦੇ ਭੰਬੂ ਤਾਰੇ ਦੇ ਨੂੰ। ਬੇ ਤੂੰ ਮਾਰਿਆ ਰੋੜੇ ਇਹਨਾਂ ਦੇ ਘਰਾਂ ਵਿੱਚ? ਆਵਾ ਵਾ, ਹਾਂ ਬੇਬੇ ਮੈਂ ਹੀ ਮਾਰੇ ਆ। ਲੈ ਸੁਣ ਲਾ, ਅਸੀਂ ਤਾਂ ਸੋਚਿਆ ਸੀ ਇਹ ਤੁਹਾਨੂੰ ਵੀ ਦੁੱਖ ਦਿੰਦਾ, ਜੇ ਇਹਨੇ ਸਾਨੂੰ ਦੁੱਖ ਦੇਣਾ ਸੀ ਤੇ ਇਹਨੂੰ ਜੰਮਣਾ ਹੀ ਕਾਹਤੋਂ ਸੀ। ਕਰ ਲੋ ਗੱਲ ਕੁੜੇ, ਇਹਨੂੰ ਤਾਂ ਆਪਦੀ ਧੁੰਨੀ ਦਾ ਨੀ ਪਤਾ, ਬੇ ਧੁੰਨੀ ਇੱਥੇ ਨੀ, ਬੇ ਇੱਥੇ ਹੁੰਦੀ ਆ, ਇੱਥੇ ਮਰ ਜਾਣੇ ਆ। ਤੈਨੂੰ ਕੀ ਆ ਚਾਚੀ, ਮੇਰੀ ਧੁੰਨੀ ਆ, ਮੈਂ ਭਲਾ ਕਿੱਥੇ ਮਰਜੀ ਰਹਾ। ਮੈਨੂੰ ਵੀ ਟਿੱਲੇ ਵਾਲਾ ਸੰਧੂ ਨਾ ਕਹੀ। ਠਹਿਰ ਜਾਓ, ਮੈਨੂੰ ਗੱਲ ਤਾਂ ਕਰ ਲੈਣ ਦਿਓ, ਠਹਿਰ ਜਾਓ, ਮੇਰੀ ਗੱਲ ਸੁਣੋ। ਮੇਰੀ ਗੱਲ ਤਾਂ ਸੁਣੋ, ਵੇਖਣਾ ਸੀ ਬਾਪੂ ਤਾਂ ਮਾਰਿਆ। ਕੀ ਵੇਖਣਾ ਸੀ ਤੂੰ, ਮੂੰਹ ਤਾਂ ਨੀ ਵੱਡਿਆ, ਦੱਸ ਕੀ ਵੇਖਣਾ ਸੀ? ਮੈਂ ਨਾ ਅੱਜ ਤੱਕ ਤੁਹਾਡਾ ਦੋਹਾਂ ਜੀਆਂ ਦਾ ਕਦੇ ਹਜਾ ਲੈਂਦਾ ਨੀ ਵੇਖਿਆ ਸੀ, ਉਹ ਵੇਖਣਾ ਸੀ, ਵੇਖ ਲਿਆ। ਓ ਯਾਰ, ਕਈ ਵਾਰੀ ਖਾਧੀ ਪੀਤੀ ਚ ਸਾਲੀ ਜ਼ੁਬਾਨ ਤਿਲਕ ਜਾਂਦੀ ਹੈ, ਦਿਮਾਗ ਕੰਮ ਛੱਡ ਜਾਂਦਾ, ਪਤਾ ਨੀ ਲੱਗਦਾ। ਪਰ ਇੱਕ ਗੱਲ ਹੈ ਸੱਥ ਵਾਲਿਓ, ਬਈ ਜੇ ਮੂਰਖਾਂ ਦੇ ਸਿੰਘ ਹੁੰਦੇ ਨਾ ਤਾਂ ਧਰਮ ਨਾਲ ਆ ਰੀਠਾ 12 ਸਿੰਘਾਂ ਹੁੰਦਾ। ਲੈ ਇਹ ਤਾਂ ਸਾਲਾ ਅਖਬਾਰ ਨੂੰ ਮੂੰਹ ਮਾਰੀ ਜਾਂਦਾ ਹੈ। ਮੈਂ ਤਾਂ ਮੇਮਾਂ ਦੀਆਂ ਫੋਟੋਆਂ ਦੇਖ ਦੇਖ ਕੇ ਬਾਹਰਲੇ ਮੁਲਕ ਤੁਰਿਆ ਫਿਰਦਾ ਵਾ। ਬਾਹਰਲੇ ਮੁਲਕ ਦੀਆਂ ਗੁਰਮੀਤੀਆਂ ਕਿਆ ਬਾਤਾਂ, ਕਿਆ ਸੜਕਾਂ, ਉੱਥੇ ਬੰਦੇ ਦੀ ਇੱਜ਼ਤ ਕਿੰਨੀ ਹੁੰਦੀ ਆ। ਆਪਣੇ ਇੱਥੇ ਸਰਕਾਰ ਜਨਤਾ ਨੂੰ ਖਾਈ ਜਾਂਦੀ ਆ ਤੇ ਜਨਤਾ ਇੱਕ ਦੂਜੇ ਨੂੰ। ਬਿਲਕੁਲ ਸਹੀ ਗੱਲ ਆ ਤੇਰੀ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਅੱਜ ਕੱਲ ਦੇ ਜਵਾਨੇ 'ਚ ਬੰਦਾ ਕਰੇ ਤਾਂ ਕੀ ਕਰੇ। ਕੁਛ ਸਾਡੇ ਲੀਡਰਾਂ 'ਚ ਘਾਟ ਹੈ ਤੇ ਕੁਛ ਸਾਡੇ 'ਚ ਘਾਟ ਹੈ, ਇਸੇ ਕਰਕੇ ਹਿੰਦੁਸਤਾਨ ਦਾ ਸਾਰਾ ਸਿਸਟਮ ਹੀ ਗੜਬੜ ਹੋਇਆ ਪਿਆ ਤੇ ਇਸ ਸਿਸਟਮ ਨੂੰ ਡੰਡਾ ਹੀ ਸੁਧਾਰ ਸਕਦਾ। ਨਾ ਆਪਣੇ ਪੁਲਿਸ ਦੇ ਡੰਡੇ ਦੀ ਗੱਲ ਕਰਦਾ ਤੂੰ। ਓਏ ਆਪਣੀ ਪੁਲਿਸ ਦੀ ਗੱਲ ਛੱਡ ਰੀਠਿਆ, ਬਈ ਪੁਲਿਸ ਤਾਂ ਧਰਮ ਨਾਲ ਬਾਹਰਲੇ ਮੁਲਕ ਦੀ ਯਾਰ, ਉਹਨਾਂ ਦੇ ਸਰੀਰ ਨਾ ਖੁੱਦੋ ਵਾਂਗੂ ਗੁੰਦੇ ਪਏ ਆ ਤੇ ਇੱਧਰ ਆਪਣੀ ਪੁਲਿਸ। ਲੈ ਬਈ ਹੁਣ ਸੱਥ ਵਾਲਿਓ, ਆਪਣੀ ਪੁਲਿਸ ਦਾ ਵੀ ਲੱਗਦੇ ਹੱਥ ਹਾਲ ਦੇਖ ਲਓ ਤੇ ਨਾਲੇ ਸੁਣ ਲਓ। ਮੈਨੂੰ ਸਮਝ ਨਹੀਂ ਆਉਂਦੀ, ਚੋਰ ਬੁੜੀ ਤੋਂ ਪੈਸੇ ਵਾਲਾ ਪਰਸ ਖੋ ਕੇ ਗਿਆ ਤਾਂ ਗਿਆ ਕਿੱਥੇ? ਇੱਥੇ ਸੀ ਸਾਲਾ ਸਲੇਡਾ ਜਾ, ਸਲੇਡੇ ਵਾਂਗੂ ਗਾਇਬ ਹੀ ਹੋ ਗਿਆ। ਪਰ ਚੰਗਾ ਹੋਇਆ ਜਨਾਬ, ਚੋਰ ਭੱਜ ਗਿਆ। ਜੇ ਆਪਾਂ ਦੋਨਾਂ ਜਾਣਿਆਂ ਨੂੰ ਉਹਦੇ ਮਗਰ ਭੱਜਣਾ ਪੈਂਦਾ ਤੇ ਆਪਾਂ ਦਾ ਢਿੱਡ ਭਰਨੇ ਡਿੱਗ ਪੈਣਾ ਸੀਗਾ। ਚੱਲਦਾ ਕਾਲਾ ਮਾਲਾ ਬਈ ਹੁਣ, ਚੱਲਦਾ ਕਾਲਾ ਮਾਲਾ, ਇਹ ਹੈ ਕਾਲਾ ਮਾਲਾ ਮਿੱਤਰੋ ਵੇਖੋ ਕਾਲਾ ਕਾਲਾ ਮਾਲਾ। ਆ
ਬਾਈ ਬਾਹਰਲੇ ਮੁਲਕ ਦੀਆਂ ਕਈ ਗੱਲਾਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ। ਵੀ ਕਿਸੇ ਨੇ ਕਿਸੇ ਨੂੰ ਮਿਲਣਾ ਹੋਵੇ ਅਗਲਾ ਪਹਿਲਾਂ ਫੋਨ ਕਰਦਾ, ਟਾਈਮ ਲੈਂਦਾ। ਇੱਧਰ ਆਪਣੇ ਵਾਂਗੂ ਨਹੀਂ ਵੀ ਵੇਲਾ ਦੇਖਣਾ ਨਾ ਕਵੇਲਾ, ਅਤੇ ਅਗਲੇ ਦੇ ਘਰੇ ਆ ਕੇ ਲਾ ਲੈਣਾ ਡੇਰਾ, ਅਤੇ ਜਦੋਂ ਸ਼ਾਮ ਜੀ ਹੋ ਜਾਂਦੀ ਹੈ ਨਾ ਉਦੋਂ ਫਿਰ ਮੁੱਛਾਂ ਜੀਆਂ 'ਤੇ ਹੱਥ ਫੇਰ ਕੇ ਮੁਸ਼ਕਣੀਆਂ ਜੀਆਂ ਹੱਸ ਕੇ ਕਹਿੰਦੇ ਹੈ ਠੰਡ ਜੀ ਲੱਗੀ ਜਾਂਦੀ ਹੈ, ਬਦਹਜ਼ਮੀ ਜੀ ਹੋਈ ਪਈ ਹੈ। ਇਹੋ ਜਿਹੇ ਅਨਸਰ ਦੇ ਪ੍ਰਾਹੁਣੇ ਇੱਕ ਦਿਨ ਗੁਰਮੀਤੇ ਦੇ ਘਰੇ ਆ ਗਏ। ਇਹਨੇ ਉਹਨਾਂ ਦੀ ਐਸੀ ਸੇਵਾ ਕੀਤੀ, ਐਸੀ ਸੇਵਾ ਕੀਤੀ, ਦੇਵਤੇ ਵੀ ਖੁਸ਼ ਹੋ ਗਏ, ਫੁੱਲ ਵਰਸਾਉਣ ਲੱਗ ਗਏ। ਚਾਚਾ ਉਹ ਕਿਵੇਂ? ਲੈ ਵੀ ਸੁਣ ਕੇ ਜਰਾ। ਮੈਂ ਕਿਹਾ ਜੀ ਇਹ ਦੋਵੇਂ ਮੇਰੀ ਦੂਰ ਦੀ ਮਾਸੀ ਦੇ ਮੁੰਡੇ ਆ, ਹੈਂ, ਤੇ ਆ ਦੋਵੇਂ ਮੇਰੀ ਦੂਰ ਦੀ ਭੂਆ ਦੇ ਮੁੰਡੇ ਆ। ਇਹਦਾ ਮਤਲਬ ਵੀ ਇਹ ਮੇਰੇ ਦੂਰ ਦੇ ਸਾਲੇ ਆ ਤੇ ਮੈਂ ਇਹਨਾਂ ਦਾ ਦੂਰ ਦਾ ਜੀਜਾ। ਹਾਂਜੀ 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 ਆ ਜਾਓ। ਵੀ ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਅੱਜ ਆਏ ਕਿੱਧਰੋਂ? ਉਹ ਆ ਜਿਹੜਾ ਟਿੱਲੇ ਤੇ ਛੜਿਆਂ ਦਾ ਮੇਲਾ ਲੱਗਦਾ, ਆਹੋ ਉਹ ਦੇਖਣ ਗਏ ਸੀ। ਅਸੀਂ ਸੋਚਿਆ ਆਸਣ ਜਿਹਾ ਹੋ ਗਿਆ, ਚਲੋ ਭੈਣ ਨੂੰ ਹੀ ਮਿਲ ਚੱਲੀਏ, ਕਿਉਂਕਿ ਕੁੜੀਆਂ ਤਾਂ ਕੁੜੀਆਂ ਨੇ, ਕੁੜੀਆਂ ਦਾ ਕੀ ਏ, ਇਹ ਕੁੜੀਆਂ ਤੇ ਚਿੜੀਆਂ ਨੇ, ਚਿੜੀਆਂ ਦਾ ਕੀ ਏ। ਤੂੰ ਨਾ ਐਂ ਕਰ, ਆਂਡਿਆਂ ਦੀ ਭੁਰਜੀ ਬਣਾ ਕੇ ਤੇ ਵਿੱਚ ਅਦਰਕ ਹਰੀਆਂ ਮਿਰਚਾਂ ਦਾ ਤੜਕਾ ਲਾ ਕੇ ਸਲਾਦ ਉੱਤੇ ਨਿੰਬੂ ਨਿਚੋੜ ਕੇ ਲੈ ਕੇ ਆ, ਹੈ, ਤੇ ਫਿਰ ਆਪਾਂ ਇਹਨਾਂ ਦੀ ਸੇਵਾ ਕਰਨੀ ਹੈ। ਜੀਜਾ ਜੀ ਇਹ ਤਾਂ ਤੁਸੀਂ ਮੇਰੇ ਮੂੰਹ ਚ ਪਾਣੀ ਲਿਆਤਾ। ਅਜੇ ਤਾਂ ਪੁੱਤ ਮੇਰੇ ਤੁਹਾਡੀਆਂ ਮੀਟਰ ਮੀਟਰ ਦੀਆਂ ਲਾਲਾਂ ਡਿੱਗਣਗੀਆਂ। ਲੀਵਰ ਖਰਾਬ ਕਰ ਦਿੰਦੀ ਹੈ। ਆਪ ਤੁਸੀਂ ਬਿਨਾਂ ਕਾਸ਼ ਤੋਂ ਹੀ ਪੀ ਜਾਂਦੇ? ਓਹੋ ਕਮਲੇ ਹੈ, ਉਹ ਯਾਰ ਸਾਡੀ ਗੱਲ ਹੋਰ ਹੈ, ਅਸੀਂ ਜਮਾ ਪੱਕੇ ਖੜੇ ਹੈ। ਐਂ ਕਰੋ ਫਿਰ ਜੀਜਾ ਜੀ, ਉਹਨਾਂ ਚਿਰ ਸੁਣਾਓ ਫਿਰ ਕੋਈ ਅੰਦਰ ਦੀ ਕੋਈ ਬਾਹਰ ਦੀ। ਲੈ ਵੀ ਸਾਲ ਗ੍ਰਾਮੋ ਅੰਦਰ ਤਾਂ ਆਪਾਂ ਬੈਠੇ ਹੀ ਹੈ, ਠੀਕ ਹੈ, ਤੇ ਬਾਹਰ ਦੀਆਂ ਕਿਆ ਬਾਤਾਂ, ਠੀਕ ਹੈ। ਉੱਥੇ ਕਿਸੇ ਨੇ ਕਿਸੇ ਦੇ ਘਰ ਆਉਣਾ ਹੋਵੇ ਬਾਹਰਲੇ ਮੁਲਕਾਂ 'ਚ, ਅਗਲੇ ਪਹਿਲਾਂ ਫੋਨ ਕਰਦੇ ਆ ਕਿ ਬਾਈ ਜੀ ਆ ਜਾਈਏ, ਟਾਈਮ ਹੈਗਾ। ਇੱਧਰ ਆਪਣੇ ਵਾਂਗੂ ਨਹੀਂ ਵੀ ਚੱਕਿਆ ਮੂੰਹ ਬਤਾਰੂ ਵਾਂਗੂ ਤੇ ਅਗਲੇ ਦੇ ਘਰੇ ਆ ਵੜੇ, ਠੀਕ ਹੈ। ਤੁਹਾਨੂੰ ਪਤਾ ਵੀ ਅੱਜ ਕੱਲ੍ਹ ਚਾਹ ਪਾਣੀ ਤੇ ਕਿੰਨਾ ਖਰਚਾ ਹੋ ਜਾਂਦਾ, ਮਹਿੰਗਾਈ ਕਿੰਨੀ ਹੈ, ਨਾ ਮੈਂ ਠੀਕ ਕਿਹਾ ਨਾ ਨਹੀਂ? ਤੁਸੀਂ ਆਏ ਹੋ, ਤੁਹਾਨੂੰ ਜੀ ਆਇਆ, ਗੱਲ ਕਰਦੇ ਹੈ ਵੀ ਯਾਰ ਐਵੇਂ ਹੀ ਅਗਲੇ ਦੇ ਘਰੇ ਆ ਜਾਣਾ ਇਹੋ ਜਿਹੇ ਪ੍ਰਾਹੁਣਿਆਂ ਤੇ ਮੈਨੂੰ ਬਹੁਤ ਗੁੱਸਾ ਆਉਂਦਾ ਯਾਰ, ਕਿਉਂ ਆ ਜਾਂਦੇ ਆ ਇਹ ਬਿਨਾਂ ਦੱਸੇ? ਮੇਰਾ ਜੀ ਕਰਦਾ ਹੈ, ਕੀ ਜੀ ਕਰਦਾ ਯਾਰ, ਤੇ ਮੈਂ ਨਾ ਖਿੱਬਾ ਛਿੱਤਰ ਲੈ ਕੇ ਨਾ ਇਹੋ ਜਿਹੇ ਪ੍ਰਾਹੁਣਿਆਂ ਦੇ ਜਿਹੜੇ ਬਿਨਾਂ ਦੱਸੇ ਆਉਂਦੇ ਆ, ਤੁਹਾਨੂੰ ਨਾ ਗੱਲੀ ਪਾਤੀ ਤੁਹਾਨੂੰ ਪਤਾ ਨਹੀਂ ਲੱਗਣਾ, ਮੈਂ ਤੁਹਾਨੂੰ ਪੂਰਾ ਡਰਾਮਾ ਕਰਕੇ ਵਿਖਾਉਣਾ। ਤੁਸੀਂ ਆਏ ਹੋ, ਤੁਹਾਨੂੰ ਜੀ ਆਇਆਂ ਨੂੰ, ਹੈ, ਤੁਸੀਂ ਬੈਠੋ, ਮੇਰੀ ਡਾਂਗ ਕਿੱਥੇ ਆਈ ਯਾਰ? ਮੈਂ ਨਾ ਬੈਠੇ ਰਹੋ, ਤੁਹਾਨੂੰ ਜੀ ਆਇਆਂ ਨੂੰ, ਮੇਰੀ ਡਾਂਗ, ਮੈਂ ਤੁਹਾਨੂੰ ਪੂਰਾ ਡਰਾਮਾ ਕਰਕੇ ਵਿਖਾਉਣਾ। ਉਦੋਂ ਹੀ ਭੱਜੋਗੇ ਜਦੋਂ ਪੋਰਪੜੀ ਜੀ ਠੋਕੀ ਗਈ। ਪਤਲੋ ਰਾਹ ਸਟੇਸ਼ਨ ਤੇ ਕੱਟ ਲਾਂਗੇ। ਤੁਸੀਂ ਆਏ ਹੋ, ਤੁਹਾਨੂੰ ਜੀ ਆਇਆ,
ਆਓ ਮੇਰੇ ਦੂਰ ਦੇ ਰਿਸ਼ਤੇਦਾਰੋ, ਬਈ ਤੁਸੀਂ ਆਏ ਹੋ ਤੁਹਾਨੂੰ ਕੀ ਆਇਆ ਨੂੰ ਹੈ? ਬਸ ਖਾਧਾ ਪੀਤਾ ਸੇਵਾ ਕਰਾਈ ਭੱਜ ਗਏ ਸਾਲੇ, ਹੋਰ ਨੀ ਤਾਂ ਸਾਲਿਓ ਆਪਦੀ ਚਿੜੀ ਨੂੰ ਸ਼ਗਨ ਤਾਂ ਦੇ ਜਾਂਦੇ। ਕਾਲਾ ਮਾਲਾ ਥ੍ਰੀ ਖੋਖਲੀਆਂ ਸਕੀਮਾਂ ਤੇ ਲੈ ਵੀ ਜਰਾ ਸੁਣ ਕੇ ਬਈ। ਓਏ ਨਸ਼ਾ ਹੈ ਭੰਗ ਬੁਰਾ, ਰੋਗ ਹੈ ਖੰਗ ਬੁਰਾ, ਛੇੜਿਆ ਭੁਚੰਗ ਬੁਰਾ, ਤੂੰ ਤੜਕੇ ਤੜਕੇ ਨਾ ਮੇਰੇ ਨਾਲ ਪੂਛ ਵੱਟ ਪਾ, ਮੈਨੂੰ ਚਾਹ ਦੀ ਘੁੱਟ ਲਿਆ ਕੇ ਦੇ ਤੇ ਨਾਲੇ ਜਿਹੜੀ ਮੇਰੀ ਭੁੱਖੀ ਲੁਕੋ ਕੇ ਰੱਖੀ ਹੈ ਉਹ ਲਿਆ ਕੇ ਦੇ, ਮੈਂ ਦੋ ਫੱਕੀਆਂ ਖਾਵਾਂ ਤੇ ਮੇਰੇ ਸਰੀਰ ਦੀ ਲੈਣਮੈਂਟ ਠੀਕ ਹੋਵੇ। ਏ ਇਹ ਨਹੀਂ ਠੀਕ ਹੋਣੀ, ਥੋੜੀ ਲੈਣਮੈਂਟ ਨੇ ਤਾਂ ਸਾਡੇ ਖਾਨਦਾਨ ਦੀ ਲੈਣਮੈਂਟ ਖਰਾਬ ਕਰਤੀ। ਕਿਉਂ, ਅਸੀਂ ਕੀ ਤੁਹਾਡੇ ਟਾਇਰ ਘਸਾਤੇ? ਨਾ ਹੋਰ ਘਸਾਏ ਨਹੀਂ ਹੈਗੇ, ਹੈ ਮੈਂ ਹੀ ਤਕੜੀ ਆ ਜਿਹੜੀ ਕੱਲੇ ਰਿਮਾਂ ਤੇ ਤੁਰੀ ਫਿਰਦੀ ਆ। ਹੈ ਰਿਮਾਂ ਤੇ ਤੁਰੀ ਫਿਰਦੀ ਆ ਤਾਂ ਹੀ ਇੰਨਾ ਖੜਕਾ ਕਰਦੀ ਆ। ਏ ਚੁੱਪ ਕਰ ਜਾ, ਚੁੱਪ ਕਰ ਜਾ, ਪਤਾ ਉਦੋਂ ਲੱਗੂ ਜਦੋਂ ਖੜਕੇ ਦੇ ਨਾਲ ਦੜਕਾ ਵੀ ਹੋ ਗਿਆ। ਓਏ ਕਮਲੀਏ ਤੈਨੂੰ ਕੌਣ ਸਮਝਾਵੇ, ਹੈ ਵੀ ਪਤੀ ਪਰਮੇਸ਼ਰ ਹੁੰਦਾ ਹੈ ਇਹਦੀ ਸੇਵਾ ਕਰਨੀ ਚਾਹੀਦੀ ਹੈ। ਬੰਦੇ ਬਿਨਾ ਜਨਾਨੀ ਦਾ ਕੁਛ ਨਹੀਂ ਬਣਦਾ, ਮੈਂ ਚੰਗਾ ਭਾਵੇਂ ਮਾੜਾ ਫੇਰ ਵੀ ਤੇਰੇ ਸਿਰ ਦਾ ਤਾਜ ਹੈ। ਬੇ ਤੂੰ ਤਾਜ ਨਹੀਂ, ਤੂੰ ਤਾਂ ਬਾਜ ਹੈ ਬਾਜ, ਨਿੱਤ ਚੂੜ ਚੂੜ ਕੇ ਖਾਣਾ ਮੈਨੂੰ ਤਾਂ ਦੁੱਖਾ ਦੇ। ਤੂੰ ਕਰਦੀ ਮੈਨੂੰ ਚੇਡਾਂ, ਹੁਣ ਤੂੰ ਵੇਖੀ ਮੇਰੀਆਂ ਖੇਡਾਂ। ਨਿੱਕਾ ਤੂੰ ਕਰਦੀ ਮੈਨੂੰ ਚੇਡਾਂ, ਹੁਣ ਤੂੰ ਵੇਖੀ ਮੇਰੀਆਂ ਖੇਡਾਂ। ਮੈਂ ਚਾਰਨ ਲੱਗ ਜੂ ਭੇਡਾਂ, ਵਧੀਆ ਕੰਮ ਚਲਾ ਲਾਂਗੇ। ਪੰਜ ਸੱਤ ਭੇਡਾਂ ਲਿਆ ਕੇ ਵਿੱਚ ਦੋ ਭੇਡੂ ਪਾਲਾਂਗੇ। ਨੀ ਗੱਲ ਸੁਣ, ਪੰਜ ਸੱਤ ਭੇਡਾਂ ਲਿਆ ਕੇ ਵਿੱਚ ਦੋ ਭੇਡੂ ਪਾਲਾਂਗੇ, ਨੀ ਵੇਖੀ ਕਿਵੇਂ ਹੋਊਗਾ ਵਾਧਾ। 20, 30, 40, 50, 60, 70, 80, 90, 100, 200, 300, 400, 500। ਖਰਗੋਸ਼ਾਂ ਦਾ ਜੋੜਾ ਉਹ ਲਿਆਈਏ, ਖਰਗੋਸ਼ਾਂ ਦਾ ਜੋੜਾ, ਨਾਲੇ ਖਰਚ ਹੋਊਗਾ ਥੋੜਾ। ਇਹ ਕੰਮ ਨੀ ਲੰਮਾ ਚੌੜਾ ਤੇ ਕੋਈ ਰਹਿਣਾ ਤੋੜਾ ਨੀ। ਉਹ ਸਵਾ ਕ ਸੌਦਾ ਵੇਚ ਲਵੀ ਕਰ, ਬੈਠੀ ਜੋੜਾ ਨੀ ਨੀ ਡੱਡੀਏ। ਸਵਾ ਕ ਸੌਦਾ ਵੇਚ ਲਵੀ ਕਰ, ਬੈਠੀ ਜੋੜਾ ਨੀ ਖਰਗੋਸ਼ਣੀ ਮਹੀਨੇ ਬਾਅਦ ਸੂ ਪੈਂਦੀ।
हां निकटा पाल बना लूं छोटा ओ कट्टा पाल बना लूं छोटा नाले पैसा आऊगा मोटा छोटा रख दे छोटा कम हो जू कलोटा ए कोटा हाय ਗੁਰਮੀਤਿਆ ਆਹ ਥੋੜੇ ਜਿਹੇ ਦਿਨ ਹੋਏ ਆ ਆਪਣੇ ਪਿੰਡ ਦੇ ਸਰਪੰਚ ਕੋਲ ਮਰਦਮਸ਼ੁਮਾਰੀ ਵਾਲੇ ਆਏ ਸੀ ਉਹ ਤੁਹਾਡੀ ਕੋਈ ਸ਼ਿਕਾਇਤ ਕਰੀ ਜਾਂਦੇ ਸੀ ਕਹਿੰਦੇ ਸੀ ਤੁਹਾਡੇ ਘਰੋਂ ਭੱਜ ਕੇ ਜਾਨ ਬਚਾਈ ਇਹ ਚੁਟਕਲਾ ਵੀ ਜਰਾ ਸੁਣ ਕੇ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤਾਂ ਠੀਕ ਹੈ ਜੀ ਤੁਸੀਂ ਇਹ ਦੱਸੋ ਵੀ ਕੌਣ ਹੈ ਕਿੱਥੋਂ ਆਏ ਹੈ ਕਿਹਨੇ ਭੇਜਿਆ ਹੈ ਭੇਜਿਆ ਵੀ ਹੈ ਕਿ ਆਪੇ ਹੀ ਆ ਗਏ ਹੋ ਆਪੇ ਨਹੀਂ ਜੀ ਆਏ ਸਾਨੂੰ ਸਰਕਾਰ ਨੇ ਭੇਜਿਆ ਅਸੀਂ ਮਰਦਮਸ਼ੁਮਾਰੀ ਕਰਨ ਆਏ ਹਾਂ ਓਹੋ ਆਹ ਤੁਹਾਨੂੰ ਕਿਹਨੇ ਸ਼ੱਕ ਪਾਤਾ ਮਹਾਰਾਜ ਓ ਸਾਡੇ ਘਰੇ ਜੀ ਕੋਈ ਬਿਮਾਰ ਨਹੀਂ ਹੈਗਾ ਤੁਸੀਂ ਆਪਦੀ ਦਵਾਈ ਨਾ ਕਿਤੇ ਹੋਰ ਜਾ ਕੇ ਦਿਓ ਸਾਡੇ ਚ ਬਾਈ ਜੀ ਇਹੋ ਜੀ ਕੋਈ ਕਮਜ਼ੋਰੀ ਨਹੀਂ ਹੈਗੀ ਓਹੋ ਬਾਈ ਜੀ ਅਸੀਂ ਮਰਦਮਸ਼ੁਮਾਰੀ ਵਾਲੇ ਹਾਂ ਮਰਦਾਨਾ ਤਾਕਤ ਵਾਲੇ ਨਹੀਂ ਅੱਛਾ ਅੱਛਾ ਮੈਂ ਸਮਝ ਗਈ ਵੇ ਭਾਈ ਸਾਡੇ ਘਰੇ ਤਾਂ ਮਹਾਰਾਜ ਦੀ ਮਿਹਰਬਾਨੀ ਹੈ ਸੁੱਖ ਸਾਂਦ ਹੈ ਕਿਸੇ ਹੋਰ ਦੇ ਮਰਿਆ ਹੋਊ ਗਾਹਾਂ ਪਿਛਾਂ ਜਾ ਕੇ ਪਤਾ ਕਰੋ ਇੱਥੇ ਦੇ ਮੈਂ ਕੰਨ ਖਾਓ ਬੀਬੀ ਮਰਦਮਸ਼ੁਮਾਰੀ ਦਾ ਮਤਲਬ ਆ ਅਸੀਂ ਤੁਹਾਡੇ ਘਰ ਦੇ ਮੈਂਬਰਾਂ ਦੀ ਗਿਣਤੀ ਕਰਨ ਆਏ ਆ ਇਹਨੂੰ ਕਹਿੰਦੇ ਆ ਮਰਦਮਸ਼ੁਮਾਰੀ ਓਹੋ ਯਾਰ ਇੰਨੇ ਰਿੰਗ ਵਲੇਵੇਂ ਪਾਉਣ ਦੀ ਕੀ ਲੋੜ ਹੈ ਸਿੱਧਾ ਕਹੋ ਡੰਗਰ ਡਾਕਟਰ ਹੈ ਤੇ ਪਿੰਡ 'ਚ ਕੈਂਪ ਲਾਉਣਾ ਤੇ ਘਰ ਘਰ ਜਾ ਕੇ ਬੰਦੇ ਇਕੱਠੇ ਕਰਕੇ ਪਿੰਡ 'ਚ ਇਕੱਠ ਕਰਨਾ ਆਹੀ ਗੱਲ ਆ ਓਹੋ ਬਾਈ ਜੀ ਤੁਸੀਂ ਇਹ ਦੱਸੋ ਘਰ 'ਚ ਮੈਂਬਰ ਕਿੰਨੇ ਹੋ ਮੈਂਬਰ ਗਣਾਓ ਅੱਛਾ ਅੱਛਾ ਮੈਂਬਰਾਂ ਦੇ ਐਂ ਇਉਂ ਕਰੋ ਜੀ ਤੁਸੀਂ ਲਿਖੋ ਦੋ ਸਾਡੇ ਮੱਝਾਂ ਦੋ ਕੱਟੇ ਆ ਇੱਕ ਕੁੱਤਾ ਇੱਕ ਕੁੱਤੇ ਕੱਟੇ ਨੂੰ ਮੋਕ ਲੱਗੀ ਹੈ ਇੱਕ ਕੱਟੇ ਨੂੰ ਬੰਨ ਪਿਆ ਤੇ ਕੁੱਤੇ ਨੂੰ ਖੁਰਕ ਪਈ ਵੀ ਹੈ ਓ ਯਾਰ ਰੱਬ ਦਾ ਵਾਸਤਾ ਅਸੀਂ ਡੰਗਰਾਂ ਦੀ ਮਰਦਮਸ਼ੁਮਾਰੀ ਨਹੀਂ ਕਰਨ ਆਏ ਅਸੀਂ ਬੰਦਿਆਂ ਦੀ ਮਰਦਮਸ਼ੁਮਾਰੀ ਕਰਨ ਆਏ ਆ ਬੰਦਿਆਂ ਦੀ ਨਾਲੇ ਤੁਹਾਡੇ ਘਰ ਚ ਕਿੰਨੇ ਜੀ ਆ ਲਿਖਾਓ ਲਿਖਾਓ ਅੱਛਾ ਆ ਗਈ ਦਿਮਾਗ ਚ ਮੇਰੇ ਠੀਕ ਹੈ ਅਸਲ ਆਏ ਆ ਵੀ ਮੇਰਾ ਨਾਂ ਜੀ ਗੁਰਮੀਤਾ ਲਿਖੋ ਐ ਮੇਰੇ ਬਾਪੂ ਦਾ ਨਾਂ ਜੀ ਲਛਮਣ ਸਿੰਘ ਹੈ ਜੀ ਤੇ ਜਿਹੜੀ ਆ ਪਿੱਛੇ ਬਜ਼ੁਰਗ ਔਰਤ ਖੜੀ ਆ ਨਾ ਜੀ ਹੈ ਇਹ ਮੇਰੇ ਸਕੇ ਪਿਓ ਦੀ ਸਕੀ ਘਰ ਵਾਲੀ ਮੇਰੇ ਸਕੇ ਮਾਮੇ ਦੀ ਸਕੀ ਭੈਣ ਹੈ ਜੀ ਬਾਈ ਜੀ ਤੁਸੀਂ ਸਿੱਧਾ ਕਹੋ ਮੇਰੀ ਬੇਬੇ ਆ ਮੇਰੀ ਮਾਂ ਮੈਂ ਆਏ ਨਹੀਂ ਕਹਿਣਾ ਕਿਉਂ ਕਾਹਤੋਂ ਨਹੀਂ ਕਹਿਣਾ ਮੈਂ ਇਸ ਲਈ ਨਹੀਂ ਕਹਿਣਾ ਕਿ 5-7 ਦਿਨ ਹੋ ਗਏ ਦਰਅਸਲ ਮੈਂ ਆ ਬਜ਼ੁਰਗ ਔਰਤ ਨਾਲ ਲੜਿਆ ਵਾਂ ਜੀ ਖੜ ਜਾ ਪੁੱਤ ਖੜ ਜਾ ਤੈਨੂੰ ਮੈਂ ਕਰਾਉਣੀ 16 ਸਫਾਈ ਓਏ ਬੇਬੇ ਦੀ ਜੁੱਤੀ ਵੱਜੀ ਤਾਂ ਮੇਰੇ ਵੱਲ ਹੀ ਸੀ ਉਹ ਤਾਂ ਜੁੱਤੀਆਂ ਸੀਗੀਆਂ ਉਹਨਾਂ ਦੇ ਕਰਮਾਂ 'ਚ ਉਹਨਾਂ ਦੇ ਵੱਜ ਗਈਆਂ ਯਾਰ ਤਾਰਾ ਮਾਲਾ ਅਸੀਂ ਥੋੜਾ ਬਾਲ ਮੂਹਰੇ ਤਖਤੀ ਲਿਖ ਕੇ ਲਵਾਈ ਆ ਓਏ ਆਪਦੇ ਨਾਂ ਦੀ ਤਖਤੀ ਲਵਾਈ ਆ ਕਿ ਫੇਰ ਡਾਕਟਰੀ ਦੀ ਦੁਕਾਨ ਖੋਲਣ ਲੱਗਿਆ ਉਹ ਤਖਤੀ ਵਾਲੀ ਗੱਲ ਉਹਦੀ ਗਾਥਾ ਤੁਹਾਨੂੰ ਮੈਂ ਸੁਣਾਉਣਾ ਮੈਂ ਅੱਜ ਤਾਂ ਸਤਸੰਗ ਸੁਣ ਕੇ ਰੂਹ ਤ੍ਰਿਪਤ ਹੋ ਗਈ ਆਨੰਦ ਹੀ ਆ ਗਿਆ ਮੰਮੀ ਮੈਨੂੰ ਤੇ ਲੱਗੀ ਮੈਂ ਪਾਣੀ ਪੀਣਾ ਹਾਂ ਪੁੱਤ ਇੱਥੇ ਕਿਸੇ ਘਰੋਂ ਆਪਾਂ ਪੀ ਲੈਂਦੇ ਹਾਂ ਆ ਹਾ 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 ਵਾਹ ਵੀ ਵਾਹ ਸ਼ਰਾਬ ਪੀ ਕੇ ਅੰਦਰ ਆਉਣਾ ਮਨਾ ਹੈ ਵੀਰੇ ਜੇ ਇਹ ਤਖਤੀ ਅੱਜ ਆਪਣੇ ਪੰਜਾਬ ਦੇ ਹਰ ਘਰ ਵਿੱਚ ਲੱਗ ਜਾਵੇ ਤਾਂ ਆਪਣਾ ਪੰਜਾਬ ਤਾਂ ਬਾਹਰਲੇ ਮੁਲਕਾਂ ਤੋਂ ਵੀ ਅੱਗੇ ਲੰਘ ਜੇ ਹਾਂ ਇਹੋ ਜੇ ਘਰ ਦਾ ਤਾਂ ਪਾਣੀ ਵੀ ਅੰਮ੍ਰਿਤ ਵਰਗਾ ਹੁੰਦਾ ਤੇ ਫਿਰ ਖੜਕਾਓ ਬੂਹਾ ਓ ਮਹਾਂਪੁਰਸ਼ੋ
तेरा पेड़ा तरजे पटिया पहाड़ से निकलिया चूहा वो भी मरिया। ओ भाई गल सुनो यार, बाहर तो तुसी लह के लाया भी शराब पी के आना मना है, आप तुसी ढके फिरदे हैं यार। भाई उत्ते यही लिखा ना भी शराब पी के अंदर आना मना है, ये तो नहीं लिखा भी अंदरों शराब पी के बाहर जाना मना। हट जो पासे वाला मनोरंजन देखी जाते बैठा वे साला जिवें हड्डा रोड़ी च गिरज बैठी हुंदी है। पहला मैं इहनू जदों लैके आया सी गधेड़े चुक के उदों इहने नशा वाला कीता सी तां लियाया सी, ਹੁਣ ਇਹਨੂੰ ਸਾਰੇ ਨੂੰ ਫੇਰ ਚੱਕ ਕੇ ਲਿਜਾਣਾ ਪਊ ਕਿਉਂਕਿ ਹੁਣ ਇਹਦੇ ਨਸ਼ੇ ਟੁੱਟੇ ਪਏ ਆ। ਆ ਚੱਲੀਏ। ਓਏ ਕਿੱਥੇ ਜਾਂਦੇ ਫਿਰਾਂਗੇ? ਹਾਂ ਯਾਰਾ ਫੇਰ ਸਵੇਰੇ ਇੱਥੇ ਹੀ ਆਉਣਾ, ਸੱਤ ਜੀ ਸੌ ਜਾਂਦੇ ਆ। ਲੈ ਸੱਤ ਜੀ ਸੌ ਜਾਂਦੇ ਆ। ਓਏ ਆ ਜਿਹੜੀਆਂ ਚਾਰ ਲੀਰਾਂ ਤੇਰੇ ਪਾਈਆਂ ਨਾ, ਤੇਰਾ ਕੋਈ ਸੁੱਤੇ ਪਏ ਦਾ ਦ੍ਰੋਪਦੀ ਹਰਨ ਕਰ ਮੁੜ ਕੇ ਤੜਕੇ ਤੁਰਿਆ ਫਿਰੇਗਾ ਪਿੰਡ ਚ ਜਿਵੇਂ ਨਾਗਾ ਸਾਧ ਫਿਰਦਾ ਹੁੰਦਾ। ਚੰਗਾ ਵੀ ਸੱਜਣੋ ਸੰਤ ਚੱਲਦੇ ਭਲੇ ਤੇ ਨਗਰੀ ਵਸਦੀ ਭਰੀ। ਜੇ ਤੁਹਾਡੇ ਵਰਗੇ ਸੰਤ ਪਿੰਡ ਚ ਦੋ ਚਾਰ ਹੋਰ ਹੋਣ ਨਾ ਤਾਂ ਪਿੰਡ ਦਾ ਮੂੰਹ ਦੂਜੇ ਪਾਸੇ ਹੋ ਜੇ। ਪਿੰਡ ਵਾਲਿਓ ਕਹਿਣ ਨੂੰ ਜੋ ਮਰਜ਼ੀ ਕਹਿ ਲਓ, ਪਰ ਇੱਕ ਗੱਲ ਹੈ ਬਈ ਜਿੱਦਣ ਗਰਮੀਤਾ ਤੇ ਰੀਠਾ ਪਿੰਡ ਚ ਨਾ ਨਾ ਹੋਏ ਬਾਈ ਸੱਥ ਦੇ ਵਿੱਚ ਕਾਂ ਬੋਲਣਗੇ ਕਾਂ। ਉਹ ਕਿਸੇ ਨੇ ਲਿਖਿਆ ਨਾ ਵੀ ਇੱਥੇ ਇਕਨਾਂ ਨੂੰ ਕੀ ਰੋਨੀ ਹੈ, ਸਭੇ ਮਰਨਗੇ, ਬਾਂਦਰ ਕਲੋਲਾਂ ਇੱਥੇ ਕਰਨਗੇ, ਐਸਾ ਵਕਤ ਆਉਣਾ ਸੱਜਣੋ ਮੋਹ ਰਿਸ਼ਤਿਆਂ ਚੋਂ ਮੁੱਕ ਜਾਣਾ, ਉਹ ਸਭ ਅੰਦਰੋਂ ਅੰਦਰੀ ਸੜਨਗੇ, ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ, ਸਭ ਕਾਲੇ ਮਾਲੇ ਕਰਨਗੇ, ਸਭ ਕਾਲੇ ਮਾਲੇ ਕਰਨਗੇ, ਸਭ ਕਾਲੇ ਮਾਲੇ ਕਰਨਗੇ। ਆ ਜਾ ਪਵਿੱਤਰ ਪਾਪੀਆ, ਚੱਲਦਾ ਕਾਲਾ ਮਾਲਾ ਬਈ ਹੁਣ ਚੱਲਦਾ ਕਾਲਾ ਮਾਲਾ, ਇਹ ਹੈ ਕਾਲਾ ਮਾਲਾ ਬਈ ਮਿੱਤਰੋ ਵੇਖੋ ਕਾਲਾ। ਮਿੱਤਰ ਬਣ ਕੇ ਫਿਰ ਨਾਰ ਤਕਾਉਂਦੇ, ਉਹ ਮਤਲਬ ਦੇ ਲਈ ਯਾਰੀ ਪਾਉਂਦੇ, ਮਿੱਤਰ ਬਣ ਕੇ ਫਿਰ ਨਾਰ ਤਕਾਉਂਦੇ। ਸੱਚ ਦੇ ਮੂੰਹ ਤੇ ਵੇਖੋ ਯਾਰੋ, ਸੱਚ ਦੇ ਮੂੰਹ ਤੇ ਵੇਖੋ ਯਾਰੋ, ਵੱਜ ਜਾਂਦਾ ਏ ਤਾਲਾ ਬਈ ਹੁਣ ਚੱਲਦਾ ਕਾਲਾ, ਚੱਲਦਾ ਕਾਲਾ ਮਾਲਾ ਬਈ ਹੁਣ ਚੱਲਦਾ ਕਾਲਾ ਮਾਲਾ, ਇਹ ਹੈ ਕਾਲਾ ਮਾਲਾ ਬਈ ਮਿੱਤਰੋ ਵੇਖੋ ਕਾਲਾ। ਨਕਲੀ ਹੋ ਗਏ ਠੱਠੇ ਹਾਸੇ, ਗਰਜਦੇ ਰਹਿ ਗਏ ਹੁਣ ਰਿਸ਼ਤੇ ਨਾਤੇ। ਮਾਪੇ ਸੋਚਣ ਵਿਆਹ ਦੇ ਬਾਰੇ, ਮਾਪੇ ਸੋਚਣ ਵਿਆਹ ਬਾਰੇ, ਧੀ ਕਰ ਜਾਂਦੀ ਮੂੰਹ ਕਾਲਾ ਬਈ ਹੁਣ ਚੱਲਦਾ ਹੈ ਕਾਲਾ, ਚੱਲਦਾ ਕਾਲਾ ਮਾਲਾ ਬਈ ਹੁਣ ਚੱਲਦਾ ਕਾਲਾ ਮਾਲਾ, ਇਹ ਹੈ ਕਾਲਾ ਮਾਲਾ ਮਿੱਤਰੋ ਵੇਖੋ ਕਾਲਾ, ਕਾਲਾ ਮਾਲਾ। 3